ومن يعص الله ورسوله ويتعد حدوده يدخله نارا يدخله نارا خالدا فيها وله عذاب مهين واجب الاحترام سامعین محترم اللہ احکم الحاکمین دی حمد و ثنا دے بعد بے شمار لا تعداد درود و سلام امام الانبیاء امام الحرمین سید الساقلین شفیع المذنبین رحمت للعالمین جناب محمد الرسول اللہ صلی اللہ علیہ وسلم دی ذات گرامی تے جس مقام زی شان نو میں اس وقت تلاوت کیتا اے مقام عالی شان اللہ مالک العلام ذل جلال والاکرام دی عظیم الشان اور عظیم البرکت کتاب دا چوتھا سپارہ سپارے دا رکوع تیرواں سورت دا نام سورہ نساء سورت دا رکوع دوسرا انسان نو بعض اوقات اللہ ذل جلال والاکرام اپنی کسے نعمت دے نال مالا مال فرماندے نے مثال دے طور تے اقتدار دی دولت اور نعمت مل گئی یا غریب سی ماڑا سی کمزور سی اللہ نے مال و دولت دی فراوانی عطا فرما دیتی معاشرے دے اندر تنگ دست اور کمزور سی بے وقت سی اللہ ذوالجلال والاکرام نے عزت
ਔਰ ਅਜ਼ਮਤ ਅਤਾ ਫਰਮਾ ਦਿੱਤੀ। ਇਸ ਤੋਂ ਅੱਗੇ ਦੋ ਤਰ੍ਹਾਂ ਦੇ ਲੋਕ ਪਾਏ ਜਾਂਦੇ ਨੇ, ਇੱਕ ਤਾਂ ਉਹ ਕਿ ਜਿਹੜਾ ਆਪਣੀ ਇੱਜ਼ਤ ਨੂੰ ਸੰਭਾਲ ਲਵੇ। ਅੱਲਾ ਨੇ ਨੇਮਤ ਅਤਾ ਫਰਮਾਈਏ ਅਤੇ ਉਹਦੀ ਕਦਰ ਕਰੇ, ਆਪਣੇ ਮਾਲਕ ਦਾ ਸ਼ੁਕਰੀਆ ਅਦਾ ਕਰੇ। ਔਰ ਦੂਸਰੀ ਖਸਲਤ ਔਰ ਫਿਤਰਤ ਦਾ ਬੰਦਾ ਕਿ ਅੱਲਾ ਨੇ ਮਾਲ ਦੌਲਤ ਇਕਤਦਾਰ ਅਤਾ ਫਰਮਾਇਆ ਅਤੇ ਪੁੱਠੀਆਂ ਚੁੱਕ ਲਈਆਂ ਨੇ, ਲੋਕਾਂ 'ਤੇ ਜ਼ੁਲਮ ਜ਼ਿਆਦਤੀਆਂ ਜਬਰ ਮਾਰ ਧਾੜ, ਲੋਕਾਂ ਦੇ ਹੱਕ ਗਸਬ ਕਰਨਾ, ਲੋਕਾਂ 'ਤੇ ਜ਼ੁਲਮ ਅਤੇ ਜ਼ਿਆਦਤੀਆਂ ਕਰਨਾ, ਇਹ ਉਹਨੇ ਆਪਣਾ ਵਤੀਰਾ ਅਤੇ ਤਰੀਕਾ ਬਣਾ ਲਿਆ। ਮੇਰੇ ਭਾਈਓ, ਮੇਰੇ ਬਰਾਦਰ, ਉਹ ਬੰਦਾ ਬੜਾ ਹੀ ਚੰਗਾ ਔਰ ਬੜਾ ਹੀ ਖੁਸ਼ ਨਸੀਬ ਹੈ ਕਿ ਜਿਹਨੂੰ ਅੱਲਾ ਕੋਈ ਨੇਮਤ ਅਤਾ ਫਰਮਾਏ ਅਤੇ ਮਾਲਕ ਦਾ ਸ਼ੁਕਰੀਆ ਅਦਾ ਕਰੇ। ਅੱਲਾ ਕੋਈ ਨੇਮਤ ਅਤਾ ਕਰੇ ਅਤੇ ਰੱਬ ਦੇ ਸਾਹਮਣੇ ਸਜਦਾ ਰੇਜ਼ ਹੋ ਜਾ, ਲੋਕਾਂ 'ਤੇ ਜ਼ੁਲਮ ਨਾ ਕਰੇ, ਜ਼ਿਆਦਤੀਆਂ ਨਾ ਕਰੇ, ਹੱਕ ਤਲਫੀਆਂ ਨਾ ਕਰੇ। ਔਰ ਉਹ ਬੰਦਾ ਬੜਾ ਹੀ ਬਦਨਸੀਬ ਹੈ ਕਿ ਜਿਹਨੂੰ ਅੱਲਾ ਕੋਈ ਇੱਜ਼ਤ ਮਾੜੀ ਮੋਟੀ ਅਤਾ ਕਰੇ ਅਤੇ ਉਹ ਬਦਬਖਤ ਲੋਕਾਂ 'ਤੇ ਜ਼ੁਲਮ ਕਰਨਾ ਸ਼ੁਰੂ ਕਰ ਦੇ ਅਤੇ ਲੋਕਾਂ ਦੇ ਹੱਕ ਮਾਰਨਾ ਸ਼ੁਰੂ ਕਰ ਦੇ। ਦੁਆ ਫਰਮਾਓ ਇਸ ਫਿਤਰਤ ਅਤੇ ਇਸ ਖਸਲਤ ਤੋਂ ਅੱਲਾ ਸਾਨੂੰ ਸਾਰਿਆਂ ਨੂੰ ਬਚਾ ਕੇ ਰੱਖੇ। ਆਓ ਜ਼ਰਾ ਗੌਰ ਫਰਮਾਉਣਾ, ਅੱਲਾਹ ਜ਼ੁਲ ਜਲਾਲ ਵਾਲੀ ਕਰਾਮ ਜੇ ਇੱਜ਼ਤ ਅਤੇ ਅਜ਼ਮਤ ਅਤਾ ਫਰਮਾ ਛੱਡੇ, ਉਹਦਾ ਸ਼ੁਕਰੀਆ ਅਦਾ ਕਰਨਾ। ਔਰ ਅੱਜ ਜੋ ਬਾਤ ਮੈਂ ਅਰਜ਼ ਕਰਨਾ ਚਾਹੁੰਦਾ ਕਿ ਮੈਂ ਔਰ ਤੁਸਾਂ ਇਹਤਿਆਤ ਕਰਨੀ ਹੈ ਕਿ ਕਿਸੇ ਦਾ ਹੱਕ ਨਹੀਂ ਮਾਰਨਾ, ਕਿਸੇ ਦਾ ਹੱਕ ਨਹੀਂ ਮਾਰਨਾ। ਅਗਰ ਕੋਈ ਬੰਦਾ ਕਿਸੇ ਦਾ ਜਾਇਜ਼ ਨਾਜਾਇਜ਼ ਜ਼ੁਲਮ ਜ਼ਿਆਦਤੀ ਨਾਲ ਅਗਰ ਕਿਸੇ ਦਾ ਹੱਕ ਗਸਬ ਕਰਦਾ, ਕਿਸੇ ਦਾ ਹੱਕ ਮਾਰਦਾ, ਜ਼ਿਆਦਤੀ ਕਰਦਾ, ਉਹਦਾ ਦੁਨੀਆ ਦੇ ਅੰਦਰ ਵੀ ਅੰਜਾਮ ਭੈੜਾ ਅਤੇ ਆਖਰਤ ਦੇ ਅੰਦਰ ਤਾਂ ਅੰਜਾਮ ਭੈੜਾ ਹੈ ਹੀ ਹੈ ਵੇ। ਇਸ ਵਾਸਤੇ ਇਹ ਬਾਤ ਜ਼ਰਾ ਅੱਜ ਬਾਰ ਬਾਰ ਆਪਣੇ ਜ਼ਿਹਨ 'ਚ ਰੱਖੇ ਆ ਜੇ ਕਿ ਕਿਸੇ ਦਾ ਹੱਕ ਨਹੀਂ ਮਾਰਨਾ। ਅੱਲਾ ਸਾਨੂੰ ਬਚਾ ਕੇ ਵੀ ਰੱਖੇ, ਕਿਸੇ ਦਾ ਹੱਕ ਨਹੀਂ ਮਾਰਨਾ, ਅੱਲਾਹ ਜ਼ੁਲ ਜਲਾਲ ਵਾਲੀ ਕਰਾਮ ਦੀਆਂ ਹੱਦਾਂ ਤੋਂ ਅੱਗੇ ਨਹੀਂ ਲੰਘਣਾ, ਪਾਰ ਨਹੀਂ ਕਰਨਾ, ਕਰਾਸ ਨਹੀਂ ਕਰਨਾ। ਔਰ ਅੱਲਾਹ ਜ਼ੁਲ ਜਲਾਲ ਵਾਲੀ ਕਰਾਮ ਨੇ ਇਹਨਾਂ ਦੋਵਾਂ ਲੋਕਾਂ ਦਾ ਤਜ਼ਕਿਰਾ ਕੁਰਾਨ ਪਾਕ ਦੇ ਅੰਦਰ ਬੜੇ ਆਸਨ ਅੰਦਾਜ਼ ਦੇ ਨਾਲ ਫਰਮਾਇਆ। ਆਓ ਜ਼ਰਾ ਅੱਲਾਹ ਜ਼ੁਲ ਜਲਾਲ ਦੇ ਕੁਰਾਨ ਦੇ ਅਲਫਾਜ਼ 'ਤੇ ਗੌਰ ਫਰਮਾ ਲਓ। ਅੱਲਾਹ ਜ਼ੁਲ ਜਲਾਲ ਫਰਮਾਉਂਦੇ ਨੇ, ਇਹ ਮੇਰੇ ਮਹਿਬੂਬ ਪੈਗੰਬਰ ਜਨਾਬ ਮੁਹੰਮਦ
ਸੱਲੱਲਾਹੁ ਅਲੈਹਿ ਵਸੱਲਮ ਆਪਣੀ ਜ਼ਬਾਨ ਨਬੂਵਤ ਤੋਂ ਐਲਾਨ ਫਰਮਾ ਦਿਓ। ਪਿੱਛੇ ਅੱਲਾਹ ਨੇ ਬੜਾ ਇੱਕ ਅਹਿਮ ਮਸਲਾ ਬਿਆਨ ਫਰਮਾਇਆ ਔਰ ਉਹ ਮਸਲਾ ਵਿਰਾਸਤ ਦਾ ਮਸਲਾ, ਬੜੀ ਅਹਿਮੀਅਤ ਦਾ ਹਾਮਿਲ ਹੈ। ਤੁਹਾਨੂੰ ਪਤਾ ਵਿਰਾਸਤ ਦਾ ਮਸਲਾ, ਯਾਨੀ ਬਾਪ ਫੌਤ ਹੋ ਗਿਆ ਅਤੇ ਬਾਪ ਦੀ ਵਿਰਾਸਤ ਦੇ ਅੰਦਰ ਹਿੱਸੇਦਾਰ ਨੇ ਬੇਟੀਆਂ ਵੀ, ਬੇਟੇ ਵੀ, ਬੀਵੀ ਵੀ, ਯਾਨੀ ਸਾਰੇ ਦੇ ਸਾਰੇ ਉਸ ਵਿਰਾਸਤ ਦੇ ਅੰਦਰ ਹਿੱਸੇਦਾਰ ਨੇ। ਰੱਬੁਲ ਆਲਮੀਨ ਨੇ ਉਹਨਾਂ ਹਿੱਸਿਆਂ ਦਾ ਕੁਛ ਇਖਤਸਾਰਨ ਤਜ਼ਕਿਰਾ ਫਰਮਾਇਆ। ਹਦੀਸ ਪਾਕ ਦੇ ਅੰਦਰ ਉਹਦੀ ਤਫਸੀਲ ਮੌਜੂਦ ਹੈ। ਇਸ ਮੁਕਾਮ 'ਤੇ ਰੱਬੁਲ ਆਲਮੀਨ ਨੇ ਇਖਤਸਾਰ ਨਾਲ ਜ਼ਿਕਰ ਫਰਮਾਇਆ, ਮਾਂ ਦਾ ਕਿੰਨਾ ਹੱਕ ਹੈ, ਭਾਈ ਦਾ ਕਿੰਨਾ ਹੱਕ ਹੈ, ਭੈਣਾਂ ਦਾ ਕਿੰਨਾ ਹੱਕ ਹੈ, ਬੇਟੀਆਂ ਅਤੇ ਬੇਟਿਆਂ ਦਾ ਕਿੰਨਾ ਕਿੰਨਾ ਹੱਕ ਹੈ। ਇਹ ਸਾਰੀਆਂ ਚੀਜ਼ਾਂ ਰੱਬੁਲ ਆਲਮੀਨ ਨੇ ਬਿਆਨ ਫਰਮਾ ਕੇ ਨਾ ਅਤੇ ਆਖਰ 'ਤੇ ਫਰਮਾਇਆ, ਅੱਲਾਹ ਜ਼ੁਲ ਜਲਾਲ ਫਰਮਾਉਂਦੇ ਨੇ, ਤਿਲ ਕਾ ਇਹਨਾਂ ਚੀਜ਼ਾਂ ਨੂੰ ਮਾਮੂਲੀ ਨਾ ਜਾਣਿਆ ਦੇ, ਇਹ ਨਾ ਸਮਝਿਆ ਦੇ ਮੈਂ ਸਾਰੇ ਭੈਣਾਂ ਭਰਾਵਾਂ 'ਚੋਂ ਵੱਡਾ ਵਾਂ, ਮੈਨੂੰ ਬਾਪ ਦੀਆਂ ਜਾਇਦਾਦਾਂ ਦਾ ਇਲਮ ਸਾਰਾ, ਮੈਨੂੰ ਬਾਪ ਦੀ ਸਾਰੀ ਵਿਰਾਸਤ ਦਾ ਪਤਾ, ਉਹਦੀਆਂ ਦੁਕਾਨਾਂ ਕਿੰਨੀਆਂ ਨੇ, ਉਹਦੀਆਂ ਮਾਰਕੀਟਾਂ ਕਿੰਨੀਆਂ ਨੇ, ਉਹਦੇ ਮਕਾਨ ਕਿੰਨੇ ਨੇ, ਮੈਨੂੰ ਸਾਰਾ ਪਤਾ, ਬਾਕੀ ਛੋਟੇ ਭੈਣਾਂ ਭਰਾਵਾਂ ਨੂੰ ਕਿਸੇ ਗੱਲ ਦਾ ਪਤਾ ਨਹੀਂ, ਅਤੇ ਮੈਂ ਸਾਰਿਆਂ ਦਾ ਹੱਕ ਗਸਬ ਕਰ ਲਿਆ ਅਤੇ ਸਾਰਾ ਕੁਝ ਆਪਣੇ ਖਾਤੇ ਪਾ ਕੇ ਆਪਣੇ ਭੈਣਾਂ ਭਰਾਵਾਂ ਨੂੰ ਬਾਪ ਦੀ ਜਾਇਦਾਦ ਤੋਂ ਮਹਿਰੂਮ ਕਰ ਦਿੱਤਾ ਜਾਂ ਥੋੜ੍ਹਾ ਬਹੁਤਾ ਦੇ ਕੇ ਰਾਜ਼ੀ ਕਰ ਲਿਆ। ਇੱਕ ਗੱਲ ਆਪਣੇ ਜ਼ੇਹਨ ਅੰਦਰ ਬਿਠਾ ਕੇ ਲੈ ਜਾਓ, ਤੇਰੀਆਂ ਭੈਣਾਂ ਛੋਟੀਆਂ ਨੇ, ਉਹਨਾਂ ਨੂੰ ਪਤਾ ਨਹੀਂ ਕਿ ਬਾਪ ਦੀ ਵਿਰਾਸਤ ਕੀ ਹੈ, ਤੇਰੇ ਭਾਈ ਲਾ ਇਲਮ ਨੇ ਛੋਟੇ ਨੇ, ਉਹਨਾਂ ਨੂੰ ਪਤਾ ਨਹੀਂ ਕਿ ਤੇਰੇ ਬਾਪ ਦੀ ਵਿਰਾਸਤ ਕੀ ਹੈ। ਉਹ ਮੇਰੇ ਭਾਈ, ਬੇਸ਼ੱਕ ਭੈਣਾਂ ਨੂੰ ਪਤਾ ਨਹੀਂ, ਭਰਾਵਾਂ ਨੂੰ ਪਤਾ ਨਹੀਂ, ਪਰ ਰੱਬ ਨੂੰ ਤੇ ਪਤਾ ਹੈ ਨਾ, ਅੱਲਾ ਨੂੰ ਤੇ ਪਤਾ ਹੈ ਨਾ। ਆਪਣੇ ਬਾਪ ਦੀ ਜਾਇਦਾਦ ਵਿੱਚੋਂ ਜਿਹੜਾ ਭੈਣਾਂ ਭਰਾਵਾਂ ਦਾ ਹੱਕ ਖਾਣਾ, ਯਤੀਮ ਨੇ ਨਾ ਭੈਣਾਂ, ਯਤੀਮ ਭਰਾ ਯਤੀਮ ਹੋ ਗਏ ਨੇ, ਅਤੇ ਉਹਨਾਂ ਦਾ ਹੱਕ ਮਾਰਨਾ ਪਿਆ, ਹੱਕ ਗਸਬ ਕਰਨਾ ਪਿਆ। ਅੱਲਾ ਜ਼ੁਲ ਜਲਾਲ ਫਰਮਾਉਂਦੇ ਨੇ, ਇਨ ਅਲਜ਼ੀਨਾ ਯਾਕੁਲੂਨਾ ਅਮਵਾਲ ਅਲ ਯਤਾਮਾ ਜ਼ੁਲਮਨ ਇਨਮਾ ਅੱਲਾਹ ਜ਼ੁਲ ਜਲਾਲ ਫਰਮਾ ਰਹੇ ਨੇ, ਤੂੰ ਸਮਝਣਾ ਤੇਰੇ ਭੈਣਾਂ ਭਰਾਵਾਂ ਨੂੰ ਪਤਾ ਨਹੀਂ ਤੇ ਬਾਪ ਦੀ ਜਾਇਦਾਦ ਸਾਰੀ ਹੜਪ ਕਰਕੇ ਬਹਿ ਗਿਆ, ਇਹ ਯਤੀਮਾਂ ਦਾ ਮਾਲ ਖਾਣਾ ਪਿਆ। ਇਨ ਅਲਜ਼ੀਨਾ ਯਾਕੁਲੂਨਾ ਅਮਵਾਲ ਅਲ ਯਤਾਮਾ ਜ਼ੁਲਮਨ ਇਨਮਾ ਯਾਕੁਲੂਨਾ ਫੀ ਬੁਤੂਨਿਹਿਮ ਨਾਰਾ। ਇਹ ਨਾ ਸਮਝੀ
ਤੂੰ ਗੁਲਸ਼ਰੇ ਉਡਾਨਾ ਪਿਆ, ਚਰਗੇ ਤੇ ਮੁਰਗੇ ਖਾਨਾ ਪਿਆ, ਬਰਿਆਨੀਆਂ ਹੜਪ ਕਰਨਾ ਪਿਆ, ਚੰਗੇ ਤੋਂ ਚੰਗਾ ਲਿਬਾਸ ਲੈ ਕੇ ਪਹਿਨਣਾ ਪਿਆ। ਅੱਲਾਹ ਫਰਮਾਉਂਦੇ ਨੇ ਇਹ ਅੰਗਾਰੇ ਅੱਗ ਦੇ ਜ਼ਾਲਿਮਾਂ ਆਪਣੇ ਪੇਟ ਵਿੱਚ ਪਾਉਣਾ ਪਿਆ। ਇਹ ਸਾਰੀ ਪਿੱਛੇ ਤਫਸੀਲ ਬਿਆਨ ਕਰਕੇ ਨਾ ਹੁਣ ਅੱਲਾਹ ਜ਼ੁਲ ਜਲਾਲ ਫਰਮਾਉਂਦੇ ਨੇ ਤਿਲ ਕਾ ਹੁਦੂਦੁੱਲਾਹ, ਤਿਲ ਕਾ ਹੁਦੂਦੁੱਲਾਹ, ਇਹ ਅੱਲਾਹ ਦੀਆਂ ਹੱਦਾਂ ਜੇ ਜਿਹੜੀਆਂ ਪਿੱਛੇ ਬਿਆਨ ਹੋ ਗਈਆਂ ਨੇ। ਵਾ ਮੈਂ ਯੁਤ ਇਲਾਹ ਵਰਸੂਲਹੂ ਯੁਦਖਿਲੁਹੁ ਜੰਨਾਤਿਨ ਤਜਰੀ ਮਿਨ ਤਹਤਿਹਲ ਅਨਹਾਰ ਖਾਲਦੀਨ ਫੀਹਾ ਵਜ਼ਾਲਿਕਲ ਫੌਜ਼ੁਲ ਅਜ਼ੀਮ। ਅੱਲਾਹ ਜ਼ੁਲ ਜਲਾਲ ਫਰਮਾਉਂਦੇ ਨੇ ਜਿਹੜੇ ਇਹਨਾਂ ਹੱਦਾਂ ਦੀ ਹਿਫਾਜ਼ਤ ਕਰਨਗੇ, ਯਾਨੀ ਅੱਲਾਹ ਤੇ ਉਹਦੇ ਰਸੂਲ ਦੀਆਂ ਫਰਮਾਂ ਬਰਦਾਰੀਆਂ ਕਰਨਗੇ, ਇਹ ਅਰਸ਼ਾਂ ਵਾਲਿਆ ਰੱਬਾ ਲੱਭੇਗਾ ਕੀ ਅਗਰ ਦੁਨੀਆਂ ਦੇ ਮਾਲ ਤੋਂ ਕਿਨਾਰਾ ਕਸ਼ੀ ਕਰ ਲਾਂਗੇ। ਫਰਮਾਇਆ ਯੁਦਖਿਲੁਹੁ ਜੰਨਾਤਿਨ ਤਜਰੀ, ਮੈਂ ਐਸੀਆਂ ਜੰਨਤਾਂ ਦੇ ਅੰਦਰ ਦਾਖਲ ਕਰਾਂਗਾ, ਮਿਨ ਤਹਤਿ ਹਲ ਅਨਹਾਰ, ਜਿਸ ਦੇ ਅੰਦਰ ਨਹਿਰਾਂ ਹੀ ਨਹਿਰਾਂ ਚੱਲਦੀਆਂ ਨੇ, ਕਿਤੇ ਦੁੱਧ ਦੀਆਂ ਨਹਿਰਾਂ, ਕਿਤੇ ਸ਼ਰਾਬੇ ਤਹੂਰ ਦੀਆਂ ਨਹਿਰਾਂ, ਕਿਤੇ ਸਾਫ਼ ਅਤੇ ਸ਼ਫਾਫ ਪਾਣੀ ਦੀਆਂ ਨਹਿਰਾਂ, ਕਿਤੇ ਸ਼ਹਿਦ ਦੀਆਂ ਨਹਿਰਾਂ ਚੱਲਦੀਆਂ ਨੇ ਪਈਆਂ। ਅੱਲਾਹ ਫਰਮਾਉਂਦੇ ਨੇ ਖਾਲਦੀਨ ਫੀਹਾ, ਅਸੀਂ ਇਹਨਾਂ ਨੂੰ ਹਮੇਸ਼ਾ ਜੰਨਤ ਦੇ ਅੰਦਰ ਹੀ ਰੱਖਾਂਗੇ। ਵਜ਼ਾਲਿਕਲ ਫੌਜ਼ੁਲ ਐ ਬੰਦੇ ਕਾਮਯਾਬ, ਦੁਆ ਕਰੋ ਅੱਲਾਹ ਸਾਨੂੰ ਸਾਰਿਆਂ ਨੂੰ ਇਹ ਕਾਮਯਾਬੀ ਨਸੀਬ ਫਰਮਾ ਦੇ। ਅਤੇ ਹੁਣ ਜਿਹੜਾ ਬੰਦਾ ਅੱਲਾਹ ਦੇ ਹੁਕਮਾਂ ਦੀ ਨਾ ਫਰਮਾਨੀ ਕਰਦਾ, ਅੱਲਾਹ ਦੇ ਰਸੂਲ ਅਲੈਹਿ ਸਲਾਮ ਦੇ ਅਹਕਾਮਾਤ ਦੀ ਨਾ ਫਰਮਾਨੀ ਕਰਦਾ, ਅੱਲਾਹ ਫਰਮਾਉਂਦੇ ਨੇ ਵਮਈਆ ਸਿੱਲਾਹ ਵਰਸੂਲਹੂ, ਸਪਾਰਾ ਚੌਥਾ ਅਤੇ ਸੂਰਾ ਨਿਸਾ, ਵਮਈਆ ਸਿੱਲਾਹ ਵਰਸੂਲਹੂ, ਜਿਹੜਾ ਅੱਲਾਹ ਤੇ ਉਹਦੇ ਰਸੂਲ ਦੀਆਂ ਨਾ ਫਰਮਾਨੀਆਂ ਕਰਦਾ, ਵਾਯਾ ਤਾਅਦਾ ਹਦੂਦਹੂ, ਤੇ ਅੱਲਾਹ ਜ਼ੁਲ ਜਲਾਲ ਦੀਆਂ ਇਹਨਾਂ ਹੱਦਾਂ ਨੂੰ ਕਰਾਸ ਕਰਦਾ। ਫਰਮਾਇਆ ਯੁੱਧ ਖੇਲੋ ਨਾਰ, ਅਸੀਂ ਜਹੰਨਮ ਦੇ ਅੰਦਰ ਦਾਖਲ ਕਰਾਂਗੇ, ਖਾਲਦੀਨ ਫੀਹਾ ਵਲਹੂ ਅਜ਼ਾਬੁਮ ਮੁਹੀਨ। ਕੁਰਾਨ ਦਾ ਦੂਸਰਾ ਮਕਾਮ ਸਮਾਤ ਫਰਮਾ ਲਓ, ਦੁਆ ਕਰਿਆ ਕਰੋ ਅੱਲਾਹ ਸਾਨੂੰ ਸਾਰਿਆਂ ਨੂੰ ਕੁਰਾਨ ਦਾ ਸੱਚਾ ਪਿਆਰ ਨਸੀਬ ਫਰਮਾਏ। ਮੈਂ ਰੱਬ ਦਾ ਵਾਸਤਾ ਦੇ ਕੇ ਕਹਾ ਕਰਨਾ, ਕਾਮੋ ਕੀ ਵਾਲੋ ਤੇ ਇਰਦਾ ਗਿਰਤ ਤੋਂ ਆਉਣ ਵਾਲਿਓ, ਕਿਤਾਬੋ ਸੁਨਤ ਦਿਓ ਪਰਵਾਨਿਓ, ਆਪਣੀਆਂ ਜ਼ਿੰਦਗੀਆਂ ਦੇ ਅੰਦਰ ਕੁਰਾਨ ਸ਼ਾਮਿਲ ਕਰ ਲਈਏ, ਆਪਣੀਆਂ ਜ਼ਿੰਦਗੀਆਂ ਦੇ ਅੰਦਰ ਆਪਣੇ ਘਰਾਂ ਦੇ ਅੰਦਰ ਕੁਰਾਨ ਸ਼ਾਮਿਲ ਕਰ ਲਈਏ। ਅੱਲਾਹ ਜ਼ੁਲ ਜਲਾਲ ਦੀ ਕਸਮ ਹੈ, ਕੁਰਾਨ ਨਾਲ
ਨਾਲ ਅਗਰ ਦਿਲ ਲਗਾ ਲਾਂਗੇ, ਕੁਰਾਨ ਤੇਰੇ ਘਰ ਦੀ ਰੌਣਕ ਬਣ ਜਾਏਗਾ, ਕੁਰਾਨ ਤੇਰੇ ਦਿਲ ਦੀ ਬਹਾਰ ਬਣ ਜਾਏਗਾ, ਕੁਰਾਨ ਤੇਰੇ ਰੂਹ ਦੀ ਤਸਕੀਨ ਬਣ ਜਾਏਗਾ, ਕੁਰਾਨ ਤੇਰੀ ਜ਼ਿੰਦਗੀ ਵਾਸਤੇ ਅੱਲਾਹ ਵਲ ਜਲਾਲ ਵਲੀ ਕਰਾਮ ਕੋਲੋ ਨਿਜਾਤ ਦਾ ਬਿਹਤਰੀਨ ਤੇਰੇ ਲਈ ਜ਼ਰੀਆ ਬਣ ਜਾਏਗਾ। ਕੁਰਾਨ ਨਾਲ ਦਿਲ ਲਗਾਇਆ ਕਰੋ, ਕੁਰਾਨ ਨਾਲ ਪਿਆਰ ਪਾਇਆ ਕਰੋ। ਅੱਲਾਹ ਵਲ ਜਲਾਲ ਫਰਮਾਉਂਦੇ ਨੇ, ਜਿਹੜਾ ਬੰਦਾ ਅਗਰ ਸਾਡੀਆਂ ਜਾਣ ਬੁੱਝ ਕੇ ਨਾ ਫਰਮਾਨੀਆਂ ਕਰਦਾ ਤੇ ਅਸੀਂ ਜਹੰਨਮ ਦਾ ਬਾਲਣ ਬਣਾ ਦੇਵਾਂਗੇ। ਹੁਣ ਕੁਰਾਨ ਦਾ ਦੂਸਰਾ ਮਕਾਮ, ਇਹ ਸਪਾਰਾ ਪੰਜਵਾਂ ਤੇ ਸੂਰਤ ਦਾ ਨਾਮ ਹੈ ਸੂਰਾ ਨਿਸਾ। ਅੱਲਾਹ ਜ਼ੁਲ ਜਲਾਲ ਫਰਮਾਉਂਦੇ ਨੇ, ਯਾ ਅਯੂਹੱਲਜ਼ੀਨਾ ਆਮਨੂ, ਇਮਾਨ ਵਾਲਿਆਂ ਨੂੰ ਖਿਤਾਬ ਹੈ, ਯਾ ਅਯੂਹੱਲਜ਼ੀਨਾ ਆਮਨੂ ਲਾ ਤਅਕੁਲੂ ਅਮਵਾਲਕੁਮ ਬੈਨਕੁਮ ਬਿਲ ਬਾਤਿਲ ਇਲਾ ਅਨ ਤਕੂਨ ਤਿਜਾਰਤਨ ਅਨ ਤਰਾਜ਼ਿਮ ਮਿਨਕੁਮ ਵਲਾ ਤਕਤਲੂ ਅਨਫੁਸਕੁਮ ਇਨ ਅੱਲਾਹ ਕਾਨ ਬਿਕੁਮ ਰਹੀਮਾਂ। ਅੱਲਾਹ ਜ਼ੁਲ ਜਲਾਲ ਫਰਮਾਉਂਦੇ ਨੇ, ਇਮਾਨ ਵਾਲਿਓ ਲਾ ਤਾਕੁਲੂ ਅਮਵਾਲਕੁਮ ਬੈਨਕੁਮ ਬਿਲ ਬਾਤਿਲ, ਆਪਸ ਦੇ ਅੰਦਰ ਇੱਕ ਦੂਜੇ ਦਾ ਮਾਲ ਬਾਤਲ ਤੇ ਨਜਾਇਜ਼ ਤਰੀਕੇ ਨਾਲ ਨਾ ਖਾਇਆ ਕਰੋ, ਗਲਤ ਤਰੀਕੇ ਨਾਲ ਇੱਕ ਦੂਜੇ ਦਾ ਮਾਲ ਨਾ ਖਾਇਆ ਕਰੋ। ਕਿਸੇ ਤੇ ਜ਼ੁਲਮ ਕਰਕੇ ਉਹਦਾ ਮਾਲ ਹੜੱਪ ਕਰ ਲਿਆ, ਕਿਸੇ ਤੇ ਜ਼ਿਆਤੀਆਂ ਕੀਤੀਆਂ ਤੇ ਉਹਦਾ ਮਾਲ ਆਪਣੇ ਕਬਜ਼ੇ ਚ ਕਰ ਲਿਆ। ਉਹ ਵਿਚਾਰਾ ਸਿੱਧਾ ਸਾਧਾ ਨਹੀਂ ਕਾਨੂੰਨ ਤੋਂ ਵਾਕਿਫ, ਨਹੀਂ ਲੰਬੀਆਂ ਚੌੜੀਆਂ ਫੀਸਾਂ ਦੇਣ ਜੋਗਾ, ਨਹੀਂ ਵਕੀਲਾਂ ਦੀਆਂ ਫੀਸਾਂ ਅਦਾ ਕਰਨ ਜੋਗਾ, ਨਹੀਂ ਅਦਾਲਤਾਂ ਥਾਣਿਆਂ ਕਚਹਿਰੀਆਂ ਦੇ ਚੱਕਰ ਖਾਣ ਜੋਗਾ, ਨਹੀਂ ਇੰਨੇ ਜੋਗਾ। ਤੇ ਤੂੰ ਉਹਦੀ ਗੁਰਬਤ ਤੋਂ ਨਜਾਇਜ਼ ਫਾਇਦਾ ਉਠਾ ਕੇ, ਤੂੰ ਉਹਦੀ ਕਮਜ਼ੋਰੀ ਤੇ ਸਾਦਗੀ ਤੋਂ ਨਜਾਇਜ਼ ਫਾਇਦਾ ਉਠਾ ਕੇ, ਤੇ ਉਹਦੇ ਮਾਲ ਤੇ ਉਹਦੇ ਮਕਾਨ ਤੇ ਉਹਦੀ ਜਾਇਦਾਦ ਤੇ ਉਹਦੀ ਜ਼ਮੀਨ ਆਪਣੇ ਕਬਜ਼ੇ ਚ ਲੈ ਲਈ ਆ, ਤੇ ਸਮਝ ਲੈ ਕਿ ਮੇਰੇ ਹੱਥ ਬੜੇ ਲੰਬੇ ਨੇ, ਮੇਰੇ ਵਕੀਲ ਬੜੇ ਸਿਆਣੇ ਨੇ, ਮੇਰੇ ਵਕੀਲ ਬੜੇ ਜਨਾਬ ਦਲਾਇਲ ਦੇਣ ਵਾਲੇ ਨੇ। ਉਹ ਤੇ 100% ਗੱਲ ਝੂਠੀ ਹੋਏ ਤੇ ਅਦਾਲਤ ਦੇ ਅੰਦਰ ਸੱਚੀ ਕਰਕੇ ਦਿਖਾ ਦਿੰਦੇ ਨੇ, ਹਾਂ ਹਾਂ ਇਹ ਤੇ ਮੈਂ ਹਰ ਹਾਲ ਵਿੱਚ ਲੈ ਕੇ ਹੀ ਰਹਿਣਾ, ਕਬਜ਼ਾ ਕਰਕੇ ਹੀ ਰਹਿਣਾ, ਮੈਂ ਮੰਨ ਲੈਂਦਾ ਵਾਂ। ਅਦਾਲਤ ਵੀ ਮੁਤਮਇਨ ਹੋ ਜਾਏਗੀ, ਕਿਉਂਕਿ ਅਦਾਲਤ ਦੇ ਜੱਜ ਨੇ ਫੈਸਲਾ ਉਹ ਕਰਨਾ ਜੋ ਉਹਦੇ ਸਾਹਮਣੇ ਜ਼ਾਹਿਰ ਕੀਤਾ ਗਿਆ, ਜੋ ਦਲਾਇਲ ਦਿੱਤੇ ਗਏ ਨੇ ਜੱਜ ਨੇ ਤੇ ਫੈਸਲਾ ਉਹਦੇ ਵਾਸਤੇ ਕਰਨਾ, ਤੇ ਉਹ ਸਾਰੇ ਦਲਾਇਲ ਸਾਹਮਣੇ ਰੱਖ ਕੇ ਕਰਨਾ। ਅੱਲਾਹ ਅੱਲਾਹ, ਇੱਕ ਅਦਾਲਤ ਕਿਆਮਤ ਦੇ ਦਿਨ ਵੀ ਲੱਗਣ ਵਾਲੀ ਹੈ। ਐਸ ਅਦਾਲਤ ਚੋਂ ਕਿਸੇ ਗਰੀਬ ਤੇ ਮਾੜੇ ਦਾ ਹੱਕ ਲੈ ਕੇ ਤੇ ਆਪਣੇ ਘਰ ਦੇ ਅੰਦਰ ਨੱਚਣਾ ਤੇ ਟੱਪਣਾ ਪਿਆ ਕਿ ਮੈਂ ਕਾਮਯਾਬ ਹੋ ਗਿਆ ਵਾਂ, ਉਹ ਅਹਕਮੁਲ ਹਾਕਮੀਨ ਦੀ ਅਦਾਲਤ ਲੱਗਣ ਵਾਲੀ ਹੈ। ਉਹਦਨ ਕੋਈ ਵਕੀਲ ਵੀ ਨਹੀਂ ਹੋਣਾ ਤੇ ਕੋਈ ਅਪੀਲ ਵੀ ਨਹੀਂ ਹੋਣੀ। ਡਰੋ ਉਸ ਦਿਨ ਕੋਲੋ। ਨਬੀ ਅਲੈਹਿ ਸਲਾਮ ਨੇ ਫਰਮਾਇਆ, ਮਜ਼ਲੂਮ ਦੀ ਹਾਂ ਤੋਂ ਬਚੋ। ਜਿਸ ਗਰੀਬ ਮਾੜੇ ਤੇ ਵਿਚਾਰੇ ਦਾ ਮਕਾਨ ਹਥਿਆਲੇ ਆਈ,
ਆਪਣੀ ਦੌਲਤ ਤੇ ਪੈਸਿਆਂ ਦੇ ਬਲ ਬੋਤੇ ਤੇ ਤੇ ਉਹਨੂੰ ਘਰੋਂ ਬੇਘਰ ਕਰ ਦਿੱਤਾ ਤੇ ਮਕਾਨ ਚੋਂ ਬੇਦਖਲ ਕਰ ਦਿੱਤਾ ਹੀ ਜ਼ਾਲਿਮਾ, ਉਹਦੇ ਦਿਲੋਂ ਬਦਦੁਆ ਨਹੀਂ ਨਿਕਲੇਗੀ? ਮੈਂ ਇੱਕ ਵਾਕਿਆ ਅੱਜ ਪੜ੍ਹ ਰਿਹਾ ਸਾਂ, ਰਿਆਜ਼ ਦੇ ਅੰਦਰ ਇੱਕ ਆਦਮੀ ਤਕਲੀਫ ਬੜੀ ਹੋ ਗਈ, ਬਾਜ਼ੂ ਨੂੰ ਬੜੀ ਸ਼ਦੀਦ ਦਰਦ ਸ਼ੁਰੂ ਹੋ ਗਈ, ਬੜੇ ਦਮ ਕਰਾਏ, ਬੜੇ ਇਲਾਜ ਕਰਵਾਏ, ਫਾਇਦਾ ਨਹੀਂ ਹੋ ਰਿਹਾ, ਕਿਸੇ ਦੱਸਿਆ। ਹੁਣ ਤੁਹਾਨੂੰ ਪਤਾ ਜਿਹੜਾ ਜ਼ਰੂਰਤਮੰਦ ਹੋਏ, ਖਾਸ਼ਮੰਦ ਹੋਏ, ਜਿੱਥੇ ਕੋਈ ਦੱਸਦਾ ਕੋਈ ਡਾਕਟਰ ਹੈ, ਕੋਈ ਹਕੀਮ ਹੈ, ਕੋਈ ਤਬੀਬ ਹੈ, ਕੋਈ ਦਮ ਝਾੜਾ ਕਰਨ ਵਾਲਾ, ਵਿਚਾਰੇ ਟੁਰ ਪੈਂਦੇ ਨੇ। ਦੁਆ ਫਰਮਾਓ ਅੱਲਾ ਇਹਨਾਂ ਅਜ਼ਮਾਇਸ਼ਾਂ ਅਤੇ ਇਮਤਿਹਾਨਾਂ ਤੋਂ ਮਹਿਫੂਜ਼ ਫਰਮਾ। ਕਿਸੇ ਨੇ ਦੱਸਿਆ ਫਲਾਂ ਜਗ੍ਹਾ ਬੜਾ ਨੇਕ ਆਦਮੀ ਹੈ, ਉਹਦੇ ਕੋਲੋਂ ਜਾ ਕੇ ਦਮ ਸ਼ਮ ਕਰਾ, ਹੋ ਸਕਦਾ ਅੱਲਾ ਮਿਹਰਬਾਨੀ ਕਰਦੇ। ਚਲਾ ਗਿਆ, ਦਮ ਕਰਾ ਰਿਹਾ, ਇੱਕ ਦਫ਼ਾ, ਦੋ ਦਫ਼ਾ, ਤਿੰਨ ਦਫ਼ਾ, ਚਾਰ ਦਫ਼ਾ, ਅਖੀਰ ਉਹ ਦਮ ਕਰਨ ਵਾਲੇ ਜਿਹੜੇ ਸਾਹਿਬ ਸਨ, ਇੱਕ ਦਿਨ ਉਹ ਦਮ ਕਰਾਉਣ ਆਇਆ ਅਤੇ ਕਹਿਣ ਲੱਗੇ ਇੱਕ ਗੱਲ ਪੁੱਛਾਂ। ਕਹਿਣ ਲੱਗ ਜੀ ਦੱਸੋ। ਫਰਮਾਨ ਲੱਗੇ ਕਿਸੇ 'ਤੇ ਜ਼ੁਲਮ ਤਾਂ ਨਹੀਂ ਉਹ ਕੀਤਾ, ਕਿਸੇ ਮਾੜੇ ਨਾਲ ਕੋਈ ਜ਼ਿਆਦਤੀ ਤਾਂ ਨਹੀਂ ਉਹ ਕਰ ਬੈਠਾ? ਬੜਾ ਗੁੱਸਾ ਚੜ੍ਹਿਆ, ਤੁਹਾਨੂੰ ਪਤਾ ਉਹ ਜਿਹੜੀ ਮਿਸਾਲ ਹੈ ਨਾ, ਖੁਦਾ ਜਬ ਹੁਸਨ ਦੇਤਾ ਹੈ ਨਜ਼ਾਕਤ ਆ ਹੀ ਜਾਤੀ ਹੈ। ਮਾਲ ਹੋਏ, ਅੱਗੇ ਪਿੱਛੇ ਨੌਕਰ ਖਾਦਮ ਹੋਣ, ਮੁਲਾਜ਼ਮ ਹੋਣ, ਟੌਰ ਟੱਪਾ ਹੋਏ ਅਤੇ ਕੋਈ ਇੰਜ ਦੀ ਗੱਲ ਸੁਣਨਾ ਗਵਾਰਾ ਹੀ ਨਹੀਂ ਕਰਦਾ। ਬੜਾ ਗੁੱਸਾ ਚੜ੍ਹਿਆ, ਗੁੱਸੇ ਨਾਲ ਉੱਠ ਕੇ ਚਲਾ ਗਿਆ। ਕੁਛ ਅਰਸੇ ਦੇ ਬਾਅਦ ਨਾ ਇੱਕ ਇਜਤਮਾਹ ਦੇ ਅੰਦਰ ਇਹਨਾਂ ਦਾ ਆਹਮਣਾ ਸਾਹਮਣਾ ਹੋ ਗਿਆ, ਦਮ ਕਰਨ ਵਾਲੇ ਦਾ ਅਤੇ ਜਿਹਨੂੰ ਦਮ ਕਰਦਾ ਸੀ ਉਹਦਾ। ਵੇਖਿਆ ਬੜਾ ਸਿਹਤਮੰਦ ਹੈ, ਪੁੱਛਿਆ ਵੀ ਤੂੰ ਮਾਸ਼ਾਅੱਲਾ ਠੀਕ ਹੋ ਗਿਆ, ਕਿੱਥੋਂ ਦਮ ਸ਼ਮ ਕਰਾਏ? ਕਹਿਣ ਲੱਗਾ ਜਿੱਦਣ ਮੈਂ ਤੁਹਾਡੇ ਕੋਲ ਉੱਠ ਕੇ ਆਇਆ ਨਾ, ਅਤੇ ਉਹ ਤੁਸੀਂ ਗੱਲ ਜਿਹੜੀ ਮੈਨੂੰ ਕੀਤੀ ਵਕਤੀ ਤੌਰ 'ਤੇ, ਤਾਂ ਮੈਨੂੰ ਬੜਾ ਗੁੱਸਾ ਲੱਗਾ। ਲੇਕਿਨ ਮੈਂ ਐਵੇਂ ਬੈਠਿਆਂ ਬੈਠਿਆਂ ਦਿਲ 'ਚ ਖਿਆਲ ਕੀਤਾ ਕੋਈ ਹੋ ਸਕਦਾ ਕੋਈ ਐਸਾ ਮਸਲਾ ਹੋਏ ਹੀ। ਆਂਦਾ ਬੈਠਿਆਂ ਬੈਠਿਆਂ ਮੈਨੂੰ ਯਾਦ ਆਇਆ, ਖਿਆਲ ਆਇਆ, ਜਿਹੜੀ ਮੈਂ ਕੋਠੀ ਬਣਾਈ ਹੈ ਉਹਦੇ ਨਾਲ ਥੋੜ੍ਹੀ ਜਿਹੀ ਜਗ੍ਹਾ ਇੱਕ ਬੇਵਾ ਦੀ ਜਗ੍ਹਾ ਸੀ। ਹੱਕ ਨਾ ਕਿਸੇ ਦਾ ਮਾਰੀ, ਗੱਲ ਜ਼ਿਹਨ 'ਚ ਰੱਖੀ, ਹੱਕ ਨਾ ਕਿਸੇ ਦਾ ਮਾਰੀ, ਕਿਤੇ ਦੁਨੀਆ ਆਖਰਤ ਦੋਨੋਂ ਜਹਾਨ ਨਾ ਬਰਬਾਦ ਹੋ ਜਾਣ। ਆਂਦਾ ਮੇਰੀ ਉਸ ਕੋਠੀ ਦੇ ਨਾਲ ਇੱਕ ਬੇਵਾ ਦੀ ਥੋੜ੍ਹੀ ਜਿਹੀ ਜਗ੍ਹਾ ਸੀ, ਜ਼ਮੀਨ ਸੀ, ਅਤੇ ਮੈਂ ਆਪਣੇ ਬਲ ਬੋਤੇ ਅਤੇ ਆਪਣੀ ਤਾਕਤ ਦੇ ਨਸ਼ੇ ਅੰਦਰ ਉਸ ਬੇਵਾ ਔਰਤ ਨੂੰ ਉਸ ਮਕਾਨ 'ਚੋਂ, ਉਸ ਜਗ੍ਹਾ 'ਚੋਂ ਬਾਹਰ ਕੱਢਿਆ ਅਤੇ ਆਪਣੀ ਕੋਠੀ ਤਿਆਰ ਕਰ ਲਈ। ਆਂਦਾ ਮੈਂ ਤਾਂ ਨਹੀਂ ਵੇਖਿਆ, ਮੈਨੂੰ ਦੱਸਣ ਵਾਲਿਆਂ ਦੱਸਿਆ, ਉਹ ਬੇਵਾ ਇੰਜ ਚੋਲੀ ਚੁੱਕ ਕੇ ਖਲੋਤੀ ਸੀ। ਉਹਨੇ ਦੱਸਿਆ, ਕਹਿਣ ਲੱਗਾ ਉਹ ਬੇਵਾ ਇੰਜ ਉਸ ਜਗ੍ਹਾ ਦੇ ਕੋਲ ਝੋਲੀ ਚੁੱਕ ਕੇ ਖਲੋਤੀ ਸੀ ਅਤੇ ਨਾਲੇ ਆਸਮਾਨਾਂ ਵੱਲ ਵੇਂਦੀ ਸੀ ਪਈ, ਅਤੇ ਨਾਲ ਆਉਂਦੀ ਸੀ ਅੱਲਾ ਜੇ ਮੇਰੇ ਕੋਲ ਤਾਕਤ ਨਹੀਂ ਤੇ ਤੇਰੇ ਕੋਲ ਤੇ ਹੈ ਨਾ, ਅੱਲਾ ਮੈਂ ਗਰੀਬ ਹਾਂ,
ਬੇਵਾਵਾਂ ਤੇ ਮੈਂ ਮਜਬੂਰ ਹਾਂ। ਅੱਲਾ ਜੇ ਮੇਰੇ ਕੋਲ ਤਾਕਤ ਨਹੀਂ, ਮੇਰਾ ਹੱਥ ਦੇ ਗਿਰੇਬਾਨ ਤੱਕ ਨਹੀਂ ਪਹੁੰਚ ਸਕਦਾ, ਤੇ ਅਰਸ਼ਾਂ ਵਾਲਿਆ ਤੇਰੇ ਕੋਲ ਤੇ ਤਾਕਤ ਹੈ ਨਾ, ਤੇ ਮੈਂ ਕੁਰਬਾਨ ਜਾਵਾਂ। ਜਦੋਂ ਬੰਦਾ ਆਪਣਾ ਫੈਸਲਾ ਅੱਲਾ ਦੀ ਅਦਾਲਤ ਵਿੱਚ ਸੁੱਟ ਦਿੰਦਾ, ਜਦੋਂ ਰੱਬੁਲ ਆਲਮੀਨ ਦੇ ਖਾਤੇ ਪਾ ਦਿੰਦਾ, ਤੇ ਰੱਬ ਆਪਣੇ ਬੰਦੇ ਨੂੰ ਫਿਰ ਪਰੇਸ਼ਾਨ ਤੇ ਸਾਇਆ ਨਹੀਂ ਹੋਣ ਦਿੰਦੇ। ਆਂਦਾ ਮੈਂ ਦਿਲ ਵਿੱਚ ਖਿਆਲ ਕੀਤਾ, ਤੇ ਜਦੋਂ ਮੈਨੂੰ ਸਾਰੀ ਸੂਰਤ ਹਾਲ ਦਾ ਪਤਾ ਲੱਗਾ, ਮੈਂ ਉਸ ਬੇਵਾ ਦੇ ਘਰ ਗਿਆ, ਉਹਨੂੰ ਮੈਂ ਜਾ ਕੇ ਬੁਲਾਇਆ, ਉਹਦੇ ਨਾਲ ਮੁਲਾਕਾਤ ਕੀਤੀ, ਮੈਂ ਉਹਨੂੰ ਸਾਰੇ ਹਾਲਾਤ ਤੋਂ ਆਗਾਹ ਕੀਤਾ, ਨਾਲ ਮੈਂ ਉਹਨੂੰ ਖੁਸ਼ ਕੀਤਾ ਜੋ ਲੈ ਕੇ ਖੁਸ਼ ਹੋ ਸਕਦੀ ਸੀ, ਨਾਲ ਮੈਂ ਉਹਦੇ ਕੋਲ ਮਾਜ਼ਰਤ ਕੀਤੀ। ਆਂਦਾ ਮੈਂ ਜਿੱਦਣ ਦੀ ਮਾਜ਼ਰਤ ਕਰਕੇ ਉਹਨੂੰ ਰਾਜ਼ੀ ਕੀਤਾ, ਅੱਲਾ ਨੇ ਸਾਰੀਆਂ ਮੇਰੀਆਂ ਬਿਮਾਰੀਆਂ ਹੀ ਦੂਰ ਕਰ ਦਿੱਤੀਆਂ ਨੇ। ਹੱਕ ਨਾ ਮਾਰੀ ਕਿਸੇ ਦਾ, ਦੁਨੀਆਂ ਦੇ ਅੰਦਰ ਵੀ ਅੱਲਾਹ ਜ਼ੁਲ ਜਲਾਲ ਦੀ ਨਾਰਾਜ਼ਗੀ ਦਾ, ਬਲਕਿ ਗੱਲ ਤੇ ਇੱਕ ਮਾਮੂਲੀ ਦਿਲ ਤੇ ਲੱਗਣ ਦੀ ਹੈ ਨਾ, ਦਿਲ ਤੇ ਚੋਟ ਲੱਗ ਜਾਏ, ਔਰ ਮਾਰੂਫ ਕਿਸੇ ਨਾ ਵਾਕਿਆ ਹੈ, ਇੱਕ ਸਾਹਿਬ ਇਕਤਦਾਰ ਹਾਕਮ ਵਕਤ ਦੌਰੇ ਤੇ ਜਾ ਰਿਹਾ, ਅੱਗੇ ਸਕਿਉਰਟੀ ਦੇ ਅਫਸਰਾਂ ਨੇ ਬਾਲਾ ਜਾ ਰਹੇ ਨੇ, ਰਸਤਾ ਕਲੀਅਰ ਕਰਦੇ ਨੇ, ਹਾਲਾਤ ਦਾ ਜਾਇਜ਼ਾ ਲੈ ਰਹੇ ਨੇ, ਭੁੱਖ ਲੱਗੀ ਹੈ, ਇੱਕ ਗਾਏ ਚਰਦੀ ਹੈ ਪਈ, ਹੈ ਕਿਸੇ ਬੇਵਾ ਤੇ ਕਮਜ਼ੋਰ ਔਰਤ ਦੀ ਹੈ, ਉਹਨਾਂ ਸਮਝਿਆ ਚਲੋ ਇਹਦੀ ਸਾਨੂੰ ਕੀ ਪਰਵਾਹ, ਉਹਨਾਂ ਗਾਏ ਜ਼ਬਾ ਕੀਤੀ, ਖਾਈ ਗੁਲਸ਼ਰੇ ਉਡਾਏ, ਦੱਸਣ ਵਾਲਿਆਂ ਦੱਸਿਆ ਬੀਬੀ ਉਹਨਾਂ ਬੜਿਆਂ ਤਾਕਤਵਰਾਂ ਨੇ ਤੇਰੀ ਗਾਏ ਨੂੰ ਜ਼ਬਾ ਕਰਕੇ ਖਾ ਪੀ ਛੱਡਿਆ, ਤੇ ਇੰਜ ਕਰ ਵਕਤ ਦਾ ਹੁਕਮਰਾਨ ਫਲਾਂ ਜਗ੍ਹਾ ਤੋਂ ਫਲਾਂ ਪੁਲ ਤੋਂ ਗੁਜ਼ਰਨ ਵਾਲਾ, ਤੇ ਜਾ ਜਾ ਕੇ ਸ਼ਿਕਾਇਤ ਕਰ, ਹੋ ਸਕਦਾ ਤੇਰੇ ਸ਼ਿਕਾਇਤ ਦਾ ਕੋਈ ਇਜ਼ਾਲਾ ਹੋ ਜਾ। ਬੀਬੀ ਬੜੀ ਸਿਆਣੀ ਸੀ, ਇਹ ਆਏ ਆ ਕੇ ਉਸ ਪੁਲ ਤੇ ਖੜੀ ਹੋ ਜਾਂਦੀ ਹੈ। ਵਾਹ ਸਾਹਿਬ ਇਕਤਦਾਰ, ਬਾਦਸ਼ਾਹ ਦੀ ਸ਼ਾਹੀ ਸਵਾਰੀ ਆਈ, ਇਹ ਔਰਤ ਪੁਲ ਤੇ ਹਟਾਉਣ ਦੀ ਬੜੀ ਕੋਸ਼ਿਸ਼ ਕੀਤੀ, ਬਾਦਸ਼ਾਹ ਦੀ ਨਜ਼ਰ ਪਈ, ਉਹਨੇ ਹਾ ਕੌਣ ਹੈ ਬੀਬੀ ਜੀ ਕੁਛ ਕਹਿਣਾ ਚਾਹੁੰਦੀ ਹੈ। ਬੀਬੀ ਨੇ ਜ਼ਰਾ ਹਿੰਮਤ ਕੀਤੀ, ਅੱਗੇ ਬੜੀ ਤੇ ਇੰਜ ਘੋੜੇ ਦੀ ਲਗਾਮ ਫੜ ਲਈ, ਤੇ ਇੱਕ ਜੁਮਲਾ ਬੋਲਿਆ, ਅੱਲਾ ਦੀ ਕਸਮ ਏ ਜੇ ਇਮਾਨ ਦੀ ਤਾਕਤ ਦਿਲ ਦੇ ਅੰਦਰ ਮੌਜੂਦ ਹੋਏ ਤੇ ਬੰਦੇ ਨੂੰ ਪਤਾ ਹੋਏ ਮੈਂ ਅਹਕਮ ਉਲ ਹਾਕਮੀਨ ਦੇ ਦਰਬਾਰ 'ਚ ਪੇਸ਼ ਹੋਣਾ, ਜੇ ਬੰਦੇ ਨੂੰ ਪਤਾ ਹੋਏ ਮੈਂ ਅੱਲਾਹ ਦੀ ਅਦਾਲਤ ਦੇ ਅੰਦਰ ਜਾਣਾ ਤੇ ਮੈਂ ਜ਼ਿੰਦਗੀ ਦੇ ਸਾ ਦਾ ਹਿਸਾਬ ਉਹ ਕਿਤਾਬ ਦੇਣਾ, ਫਿਰ ਕਲੇਜਾ ਫਟ ਜਾਂਦਾ, ਪਤਾ ਲੱਗਦਾ ਕਿ ਮੈਂ ਰੱਬ ਦੇ ਦਰਬਾਰ ਵਿੱਚ ਜਾਣਾ। ਇੰਜ ਉਸ ਬੀਬੀ ਨੇ ਘੋੜੇ ਦੀ ਲਗਾਮ ਫੜ ਲਈ ਤੇ ਬਾਦਸ਼ਾਹ ਦਾ ਬੀ
ਬੀਬੀ ਗੱਲ ਕੀ ਏ? ਆਂਦੀ ਏ ਇੱਕ ਮੇਰਾ ਸਵਾਲ, ਮੇਰੀ ਗਾਏ ਤੇਰੇ ਸਿਪਾਹੀਆਂ ਨੇ ਜ਼ਬਾ ਕਰਕੇ ਖਾ ਲਈਏ। ਮੈਂ ਗਰੀਬ ਔਰਤ ਬੇਵਾ ਖਤਾ ਬਾਦਸ਼ਾਹ ਵਾ, ਮੈਂ ਬਸ ਇੱਕ ਸਵਾਲ ਦਾ ਜਵਾਬ ਲੈਣਾ ਚਾਹੁੰਦੀ ਹਾਂ, ਉਹਦਾ ਹਿਸਾਬ ਐਸ ਪੁੱਲ 'ਤੇ ਦੇਣਾ ਹੀ ਕਿ ਪੁੱਲ ਸਰਾਤ 'ਤੇ ਦੇਣਾ ਹੀ? ਬਸ ਇੰਨਾ ਸਵਾਲ ਮੈਂ ਤੇਰੇ ਕੋਲ ਪੁੱਛਣ ਵਾਸਤੇ ਆਈ ਹਾਂ। ਉਸ ਮੇਰੀ ਗਾਏ ਦਾ ਮੈਂ ਮਜ਼ਲੂਮ ਹਾਂ, ਗਰੀਬਾਂ ਮਾੜੀਆਂ, ਉਹਦਾ ਹਿਸਾਬ ਐਸ ਪੁੱਲ 'ਤੇ ਦੇਣਾ ਕਿ ਪੁੱਲ ਸਰਾਤ 'ਤੇ ਦੇਣਾ? ਅਤੇ ਬਾਦਸ਼ਾਹ ਦੀਆਂ ਲੱਤਾਂ ਕੰਬ ਗਈਆਂ, ਕਹਿਣ ਲੱਗਾ ਬੀਬੀ ਰੱਬ ਦਾ ਵਾਸਤਾ ਏ, ਅੱਜ ਜਿਵੇਂ ਰਾਜ਼ੀ ਹੁੰਨੀ ਏ ਰਾਜ਼ੀ ਹੋ ਜਾ, ਕੱਲ੍ਹ ਅੱਲਾ ਦੇ ਦਰਬਾਰ ਅੰਦਰ ਮੈਂ ਜਵਾਬ ਦੇਣ ਜੋਗਾ ਨਹੀਂ। ਇਸ ਵਾਸਤੇ ਰੱਬੁਲ ਆਲਮੀਨ ਫਰਮਾਉਂਦੇ ਨੇ, ਯਾ ਅਯੂਹੱਲਜ਼ੀਨਾ ਆਮਨੂ ਲਾ ਤਗਲੂ, ਓ ਈਮਾਨ ਦਾ ਦਾਵਾ ਕਰਨ ਵਾਲੋ, ਯਾ ਅਯੂਹੱਲਜ਼ੀਨਾ ਆਮਨੂ ਲਾ ਤਗਲੂ ਅਮਵਾਲਕੁਮ ਬੈਨਕੁਮ ਬਿਲ ਬਾਤਿਲ, ਆਪਣੇ ਮਾਲਾਂ ਨੂੰ ਆਪਣੇ ਦਰਮਿਆਨ ਗਲਤ ਤਰੀਕੇ ਨਾਲ ਨਜਾਇਜ਼ ਇਸ ਤਰੀਕੇ ਨਾ ਖਾਣ ਦੀ ਕੋਸ਼ਿਸ਼ ਨਾ ਕਰਿਆ ਦੇ। ਯਾਨੀ ਹੱਕ ਹਲਾਲ ਤੇ ਚੰਗੇ, ਇੱਕ ਗੱਲ ਜ਼ਿਹਨ 'ਚ ਰੱਖੋ ਕਿ ਜੋ ਰੱਬ ਨੇ ਤੇਰਾ ਮੇਰਾ ਮੁਕੱਦਰ ਲਿਖ ਦਿੱਤਾ ਉਹ ਹਲਾਲ ਤਰੀਕੇ ਨਾਲ ਲੈ ਲੈ ਤੇ ਤਦ ਵੀ ਠੀਕ ਏ, ਤੇ ਜੇ ਹਰਾਮ ਤਰੀਕੇ ਨਾਲ ਲੈਂਗਾ ਤੇ ਤਦ ਵੀ ਲੱਭ ਜਾਣ ਲੱਭ ਜੋ ਤੇਰੇ ਮੁਕੱਦਰ 'ਚ ਰੱਬ ਨੇ ਲਿਖ ਛੱਡਿਆ। ਬਲਕਿ ਇੱਕ ਰਵਾਇਤ ਦੇ ਅੰਦਰ ਮੌਜੂਦ ਹੈ ਕਿ ਜਿਵੇਂ ਮੌਤ ਬੰਦੇ ਨੂੰ ਲੱਭਦੀ ਫਿਰਦੀ ਹੈ ਨਾ, ਅਤੇ ਵਕਤ ਤੋਂ ਪਹਿਲਾਂ ਆ ਨਹੀਂ ਸਕਦੀ, ਇਵੇਂ ਰਿਜ਼ਕ ਵੀ ਬੰਦੇ ਨੂੰ ਲੱਭਦਾ ਫਿਰਦਾ ਜਦ ਤੱਕ ਉਹਨੇ ਆਪਣੇ ਹਿੱਸੇ ਦਾ ਰਿਜ਼ਕ ਖਾ ਨਹੀਂ ਲੈਣਾ, ਉਹਨੂੰ ਮੌਤ ਨਹੀਂ ਆਉਣੀ। ਅਤੇ ਜੇ ਇਹ ਯਕੀਨ ਹੋ ਜਾਏ ਤਾਂ ਫਿਰ ਬੰਦਾ ਕਿਸੇ ਦਾ ਹੱਕ ਖਾ ਸਕਦਾ? ਜੇ ਬੰਦੇ ਨੂੰ ਪਤਾ ਹੋਏ ਮੈਂ ਰੱਬ ਦੀ ਅਦਾਲਤ 'ਚ ਪੇਸ਼ ਹੋਣਾ, ਹਜ਼ਰਤ ਮਾਂ ਜੀ ਆਇਸ਼ਾ ਸਿੱਦੀਕਾ ਤਯਬਾ ਤਾਹਿਰਾ ਰਜ਼ੀ ਅੱਲਾਹ ਤਾਲਾ ਅਨਹਾ, ਅੱਲਾ ਜਿੱਥੇ ਸਾਡੇ ਅੰਮਾ ਜਾਨ ਲੇਟੇ ਨੇ ਉਹਨਾਂ 'ਤੇ ਰਹਿਮਤ ਦੀਆਂ ਬਾਰਿਸ਼ਾਂ ਨਾਜ਼ਲ ਫਰਮਾਉਣ। ਦੋ ਆਦਮੀ ਨੇ ਝਗੜਾ ਕਰਦੇ, ਹਜ਼ਰਤ ਅਬੂ ਸਲਮਾ ਫਰਮਾਉਂਦੇ ਨੇ ਮੇਰਾ ਕਿਸੇ ਨਾਲ ਮੁਆਮਲਾ ਸੀ ਜ਼ਮੀਨ ਦਾ, ਅਤੇ ਮਾਂ ਜੀ ਆਇਸ਼ਾ ਤੱਕ ਖਬਰ ਪਹੁੰਚੀ ਅਤੇ ਮਾਂ ਜੀ ਫਰਮਾਉਂਦੀ ਆ ਨੇ ਅਬੂ ਸਲਮਾ ਜ਼ਮੀਨ ਦਾ ਮੁਆਮਲਾ ਬੜਾ ਡਾਢਾ ਹੀ, ਇਹਦੇ ਤੋਂ ਬਚ ਕੇ ਰਵੀ। ਕਿਉਂ? ਮੈਂ ਆਮਿਨਾ ਦੇ ਲਾਲ ਅਲੈਹਿਸ ਸਲਾਮ ਕੋਲੋਂ ਸੁਣਿਆ, ਜਿਹੜਾ ਬੰਦਾ ਕਿਸੇ ਦੀ ਇੱਕ ਗਿੱਠ ਜ਼ਮੀਨ, ਕਿੰਨੀ? ਇੱਕ ਮੁਰੱਬਾ ਨਹੀਂ, ਇੱਕ ਕਿੱਲਾ ਵੀ ਨਹੀਂ, ਕੋਈ ਦੋ ਚਾਰ ਕਨਾਲਾ ਨਹੀਂ, ਦੋ ਚਾਰ ਮਰਲੇ ਵੀ ਨਹੀਂ, ਇੱਕ ਗਿੱਠ। ਇੱਕ ਗਿੱਠ ਦੀ ਕੋਈ ਹਸੀਅਤ? ਆਪ ਫਰਮਾਉਂਦੇ ਨੇ ਇੱਕ ਗਿੱਠ ਜ਼ਮੀਨ ਦੀ,
ਅਗਰ ਕਿਸੇ ਨੇ ਨਜਾਇਜ਼ ਕਬਜ਼ਾ ਕਰ ਲਿਆ ਤੇ ਕਿਆਮਤ ਦੇ ਦਿਨ ਸੱਤਾਂ ਜ਼ਮੀਨਾਂ ਦਾ ਤੌਕ ਅੱਲਾ ਉਸ ਬਦਨਸੀਬ ਦੇ ਗਲੇ 'ਚ ਪਹਿਨਾ ਦੇਵੇਗਾ। ਸੱਤਾਂ ਜ਼ਮੀਨਾਂ ਦਾ ਤੌਕ, ਕਿਆ ਹੈਸੀਅਤ ਹੈ ਇੱਕ ਗਿੱਠ ਜ਼ਮੀਨ ਦੀ, ਤੇ ਸੱਤਾਂ ਜ਼ਮੀਨਾਂ ਦਾ ਤੌਕ ਅੱਲਾ ਕਿਆਮਤ ਦੇ ਦਿਨ ਇਹਦੇ ਗਲੇ ਦੇ ਅੰਦਰ ਪਾ ਦੇਵੇਗਾ। ਬੜਾ ਸਖਤ ਮੁਆਮਲਾ, ਆਪਣੇ ਮਾਲ ਜੋ ਰੱਬ ਨੇ ਤੇਰੇ ਮੁਕੱਦਰ ਤੇ ਹਿੱਸੇ ਦਾ ਰੱਖਿਆ ਉਸ ਮਾਲ ਤੇ ਕਿਫਾਇਤ ਕਰ ਲੈ, ਅੱਲਾ ਉਹਦੇ ਵਿੱਚ ਰਹਿਮਤਾਂ ਤੇ ਬਰਕਤਾਂ ਪੈਦਾ ਫਰਮਾ ਦੇਣਗੇ। ਮੇਰੇ ਆਕਾ ਅਲੈਹਿ ਸਲਾਤੋ ਵਸਲਾਮ, ਆਪ ਦੇ ਕੋਲ ਦੋ ਬੰਦੇ ਆਏ, ਕੋਈ ਮਾਲ ਦਾ ਝਗੜਾ, ਕੋਈ ਪੈਸਿਆਂ ਦਾ ਝਗੜਾ, ਦਲੀਲ ਦੋਵਾਂ ਕੋਲ ਕੋਈ ਨਹੀਂ। ਉਹ ਆਂਦਾ ਮੇਰਾ, ਉਹ ਆਂਦਾ ਮੇਰਾ। ਨਬੀ ਅਲੈਹਿ ਸਲਾਤੋ ਵਸਲਾਮ ਨੇ ਦੋਵਾਂ ਦੀ ਗੱਲ ਸੁਣੀ ਤੇ ਆਪ ਨੇ ਮੁਖਤਸਰ ਜਿਹੀ ਗੁਫ਼ਤਗੂ ਫਰਮਾਈ। ਔਰ ਪਤਾ ਜੇ ਨਾ, ਹਜ਼ੂਰ ਅਲੈਹਿ ਸਲਾਮ ਦਾ ਇੱਕ ਇੱਕ ਹਰਫ ਜ਼ਬਾਨ ਤੋਂ ਨਿਕਲਿਆ ਕਲੇਜੇ ਠੰਡ ਪਾ ਦਿੰਦਾ। ਸਮਝਾਉਣ ਵਾਲੇ ਮੁਸਤਫਾ ਹੋਣ ਤੇ ਸੁਣਨ ਵਾਲੇ ਸਿਹਾਬਾ ਹੋਣ ਤੇ ਭਲਾ ਦਿਲਾਂ ਤੇ ਅਸਰ ਕਿਉਂ ਨਹੀਂ ਕਰਦਾ? ਆਪਣਾ ਆਪਣਾ ਮੌਕਾ ਬਿਆਨ ਕੀਤਾ। ਨਬੀ ਅਲੈਹਿ ਸਲਾਮ ਨੇ ਸੁਣਿਆ, ਆਮਿਨਾ ਦੇ ਲਾਲ ਅਲੈਹਿ ਸਲਾਤੋ ਵਸਲਾਮ ਸੁਣ ਕੇ ਹੁਣ ਆਪ ਫਰਮਾਉਂਦੇ ਨੇ, ਗੱਲ ਸੁਣ ਲਓ ਮੇਰੀ, ਮੇਰੇ ਕੋਲ ਜਿਹੜਾ ਫੈਸਲਾ ਆਏਗਾ ਮੈਂ ਤੇ ਜ਼ਾਹਿਰੀ ਦਲਾਇਲ ਵੇਖ ਕੇ ਉਹਦਾ ਫੈਸਲਾ ਕਰਨਾ। ਕਈ ਬੰਦੇ ਚਾਤਰ ਬਹੁਤੇ ਹੁੰਦੇ ਨੇ, ਹੁਸ਼ਿਆਰ ਬਹੁਤੇ ਹੁੰਦੇ ਵੀ ਝੂਠੇ ਨੇ, ਚਾਤਰ ਬਹੁਤੇ ਹੁੰਦੇ ਨੇ, ਹੁੰਦੇ ਵੀ ਝੂਠੇ ਨੇ, ਚਲਾਕ ਬੜੇ ਹੁੰਦੇ ਨੇ, ਹੁੰਦੇ ਵੀ ਝੂਠੇ ਨੇ, ਚਰਬ ਲਿਸਾਨ ਬੜੇ ਹੁੰਦੇ ਨੇ, ਉਹ ਝੂਠ ਨੂੰ ਸੱਚ ਕਰਨ ਦੇ ਮਾਹਿਰ ਹੁੰਦੇ ਨੇ, ਅਤੇ ਕਈ 100% ਸੱਚੇ ਹੁੰਦੇ ਨੇ ਅਤੇ ਵਿਚਾਰਿਆਂ ਨੂੰ ਗੱਲ ਕਰਨ ਦਾ ਬਲ ਨਹੀਂ ਆਉਂਦਾ, ਆਪਣਾ ਮੌਕਫ ਸਾਹਮਣੇ ਖੁੱਲ੍ਹ ਕੇ ਬਿਆਨ ਕਰਨ ਜੋਗੇ ਨਹੀਂ ਹੁੰਦੇ। ਅਤੇ ਮੇਰੇ ਆਕਾ ਅਲੈਹਿ ਸਲਾਮ ਫਰਮਾਨ ਨੇ, ਮੇਰੇ ਕੋਲ ਜਿਹੜਾ ਕੇਸ ਆਉਂਦਾ, ਜਿਹੜਾ ਫੈਸਲਾ ਆਉਂਦਾ, ਮੈਂ ਜ਼ਾਹਿਰੀ ਦਲਾਇਲ ਸੁਣ ਕੇ ਉਹਦਾ ਫੈਸਲਾ ਕਰਨਾ ਹੁੰਦਾ। ਅਗਰ ਕੋਈ ਬਹੁਤਾ ਚਲਾਕ ਤੇ ਹੁਸ਼ਿਆਰ ਤੇ ਚਾਤਰ ਬੰਦਾ ਆਪਣੀ ਚਰਬ ਲਿਸਾਨੀ ਨਾਲ ਫੈਸਲਾ ਆਪਣੇ ਹੱਕ ਵਿੱਚ ਕਰਵਾ ਲੈਂਦਾ, ਹਾਲਾ ਹੱਕ ਉਹਦਾ ਹੁੰਦਾ, ਹੱਕ ਉਹਦਾ ਨਹੀਂ, ਆਪਣੀ ਚਰਬ ਲਿਸਾਨੀ ਨਾਲ ਜ਼ਬਾਨ ਦੀ ਤਾਕਤ ਤੇ ਦਲਾਇਲ ਦੀ ਤਾਕਤ ਤੇ ਫੈਸਲਾ ਆਪਣੇ ਹੱਕ ਵਿੱਚ ਮੇਰੇ ਕੋਲੋਂ ਕਰਾ ਕੇ ਸ਼ੈ ਲੀਲਾ। ਤੇ ਨਬੀ ਪਾਕ ਅਲੈਹਿ ਸਲਾਮ ਫਰਮਾਉਂਦੇ ਨੇ, ਇੰਜ ਸਮਝੋ ਜਿਵੇਂ ਉਹਨੇ ਮੇਰੇ ਕੋਲੋਂ ਜਹੰਨਮ ਦਾ ਅੰਗਾਰਾ ਲੈ ਲਿਆ ਹੈ। ਅਜੇ 2 ਮਿੰਟ ਪਹਿਲਾਂ, ਚੰਦ ਮਿੰਟ ਪਹਿਲਾਂ ਇਹ ਆਪਸ ਦੇ ਅੰਦਰ ਬਹਿਸ ਪੈ ਕਰਦੇ ਨੇ, ਉਹ ਆਂਦਾ ਮੇਰਾ ਮਾਲ, ਉਹ ਆਂਦਾ ਮੇਰਾ ਮਾਲ। ਤੇ ਮੇਰੇ ਆਕਾ ਅਲੈਹਿ ਸਲਾਤੋ ਵਸਲਾਮ ਦੀ ਜ਼ਬਾਨ ਅਕਦਸ ਤੋਂ ਸੁਣਿਆ, ਪਿਆਰੇ ਪੈਗੰਬਰ ਦੀ ਜ਼ਬਾਨ ਨਬੂਵਤ ਤੋਂ ਅਲਫਾਜ਼ ਸੁਣੇ, ਹੁਣ ਦੋਵਾਂ ਦੀਆਂ ਅੱਖਾਂ ਚੋਂ ਆਉਂ ਸੁਣੇ, ਜ਼ਾਰੋ ਕਿਤਾਰ ਰੋਂਦੇ ਨੇ ਵੈ, ਤੇ ਹੁਣ ਕੀ ਹੈ,
ਹੁਣ ਉਹ ਆਉਂਦਾ ਮਾਲ ਤੇਰਾ, ਉਹ ਆਉਂਦਾ ਮਾਲ। ਇਹ ਕਦੋਂ ਹੁੰਦਾ? ਜਦੋਂ ਬੰਦੇ ਦੇ ਦਿਲ ਵਿੱਚ ਈਮਾਨ ਦੀ ਤਾਕਤ ਹੋਏ, ਈਮਾਨ ਦੀ ਤਾਕਤ ਹੋਏ ਤੇ ਅੱਲਾਹ ਜ਼ੁਲ ਜਲਾਲ ਵਲੀ ਕਰਾਮ ਇੰਜ ਆਪਣੇ ਬੰਦੇ ਦੀ ਰਹਿਨੁਮਾਈ ਫਰਮਾ ਦਿੰਦੇ ਨੇ। ਫਰਮਾਇਆ ਯਾ ਅਯੂਹੱਲਜ਼ੀਨਾ ਆਮਨੂ, ਈਮਾਨ ਦਾ ਦਾਵਾ ਕਰਨੇ ਵਾਲੋ, ਆਪਸ ਦੇ ਅੰਦਰ ਇੱਕ ਦੂਜੇ ਦਾ ਮਾਲ ਬਾਤਲ ਤਰੀਕੇ ਨਾਲ ਨਾ ਖਾਇਆ ਜੇ, ਇੱਕ ਦੂਸਰੇ ਦਾ ਮਾਲ ਨਾ ਹੱਕ ਤਰੀਕੇ ਨਾਲ ਨਾ ਖਾਇਆ ਜੇ। ਤੇ ਜਦੋਂ ਬੰਦਾ ਨਾ ਹੱਕ ਤਰੀਕੇ ਨਾਲ ਆਪਣੇ ਭਾਈ ਦਾ ਮਾਲ ਖਾਂਦਾ ਤੇ ਸਮਝ ਲਓ ਆਪਣੇ ਪੇਟ ਦੇ ਅੰਦਰ ਜਹੰਨਮ ਦੀ ਅੱਗ ਭਰਦਾ ਹੈ ਵਿਆ। ਅੱਲਾ ਅੱਲਾ, ਇੱਜ਼ਤ-ਉਦ-ਦੌਲਾ ਇੱਕ ਬੜਾ ਹੁਕਮਰਾਨ ਗੁਜ਼ਰੇ ਹੈ, ਬੜਾ ਸ਼ੌਕੀਨ ਸੀ ਇਮਾਰਤਾਂ ਦਾ, ਪੁਲਾਂ ਬਣਾਉਣ ਦਾ, ਬਿਲਡਿੰਗਾਂ ਬਣਾਉਣ ਦਾ ਬੜਾ ਸ਼ੌਕੀਨ ਸੀ। ਲੇਕਿਨ ਹੈ ਬੜਾ ਇਨਸਾਫ ਪਸੰਦ ਸੀ, ਅੱਛੇ ਹੁਕਮਰਾਨਾਂ 'ਚ ਉਹਦਾ ਲੋਕਾਂ ਨੇ ਨਾਮ ਦਰਜ ਕੀਤਾ ਹੈ। ਆਂਦੇ ਨੇ ਇੱਕ ਬੰਦਾ ਹੱਜ ਕਰਨ ਵਾਸਤੇ ਜਾ ਰਿਹਾ ਹੈ, ਉਹਦੇ ਕੋਲ ਕੋਈ 1,000 ਦਿਨਾਰ ਹੈ। ਸੋਚਿਆ ਵੀ ਮੈਂ ਸਫ਼ਰ ਕਰਨਾ, ਰਸਤੇ 100 ਵਾਧਾ ਘਾਟਾ ਹੋ ਸਕਦਾ, ਮਸਾਇਲ ਪੈਦਾ ਹੋ ਸਕਦੇ ਨੇ, ਕੋਈ ਚੋਰੀ ਡਕੈਤੀ ਹੋ ਸਕਦੀ ਹੈ, ਅਤੇ ਚਲੋ ਕੋਈ ਐਸਾ ਬੰਦਾ ਮਿਲ ਜਾਏ ਕਿ ਜਿਹਦੇ ਕੋਲ ਮੈਂ ਇਹ ਅਮਾਨਤ ਰੱਖਦੇ ਹਾਂ, ਔਰ ਹੱਜ ਤੋਂ ਵਾਪਸ ਆ ਕੇ ਮੈਂ ਉਹਦੇ ਕੋਲੋਂ ਆਪਣੇ ਦਿਨਾਰ ਵਾਪਸ ਲੈ ਲਾਂ ਤਾਂ ਕਿ ਪਰੇਸ਼ਾਨੀ ਨਾ ਬਣ ਸਕੇ। ਹੁਣ ਇਹ ਪਤਾ ਹੀ ਨਹੀਂ ਕਿ ਬੰਦਾ ਦਿਆਨਤਦਾਰ ਅਮਾਨਤਦਾਰ ਕਿਹੜਾ। ਇੱਕ ਸੁਨਾਰ ਦੇ ਮੁਤਾਲਿਕ ਪਤਾ ਲੱਗਾ ਕਿ ਬੜਾ ਹੀ ਦਿਆਨਤਦਾਰ ਹੈ, ਬੜਾ ਅਮਾਨਤਦਾਰ ਹੈ, ਬੜਾ ਨੇਕ ਆਦਮੀ ਹੈ। ਸੋਚਿਆ ਵੀ ਚਲੋ ਲੋਕ ਆਉਂਦੇ ਨੇ ਬੜਾ ਨੇਕ ਹੈ, ਅਤੇ ਚਲੋ ਉਹਦੇ ਨਾਲ ਮਿਲ ਕੇ ਮੁਲਾਕਾਤ ਕਰਕੇ ਅਤੇ ਦਿਨਾਰ ਉਹਦੇ ਕੋਲ ਅਮਾਨਤ ਰੱਖ ਕੇ ਅਤੇ ਵਾਪਸੀ 'ਤੇ ਉਹਦੇ ਕੋਲ ਵਸੂਲ ਕਰ ਲਵਾਂਗਾ। ਗਿਆ, ਹਾਂਜੀ ਜੀ ਇਹ ਮੇਰੀ ਅਮਾਨਤ ਹੈ ਤੁਹਾਡੇ ਕੋਲ। ਉਹਨੇ ਕਿਹਾ ਬਿਲਕੁਲ ਠੀਕ ਹੈ, ਸੰਭਾਲ ਲਈ ਜੀ, ਮੈਂ ਵਾਪਸੀ 'ਤੇ ਤੁਹਾਡੇ ਕੋਲੋਂ ਵਸੂਲ ਕਰ ਲਾਂ ਜੀ। ਬਿਲਕੁਲ ਠੀਕ ਹੈ, ਚਲਾ ਗਏ। ਹੱਜ ਤੋਂ ਫਾਰਗ ਹੋ ਕੇ ਵਾਪਸ ਆਇਆ ਅਤੇ ਇਮਾਨ ਬਦਲਣ ਲੱਗਿਆ, ਪਤਾ ਨਹੀਂ ਜੇ ਲੱਗਦਾ ਕਿਸੇ ਦਾ ਮਾਲ ਨਾ ਹੱਕ ਖਾਣਾ, ਇੱਥੇ ਵੀ ਤਬਾਹੀ ਅਤੇ ਅੱਗੇ ਵੀ ਤਬਾਹੀ ਹੈ। ਹੱਜ ਤੋਂ ਵਾਪਸ ਆਇਆ, ਗਿਆ ਜੀ ਜੀ ਦੁਕਾਨ 'ਤੇ, ਆਈ ਸਾਹਿਬ ਉਹ ਮੇਰੇ ਪੈਸੇ ਤੁਹਾਡੇ ਕੋਲ ਸਨ। ਉਹਨੇ ਹੈ ਉਹ ਕਿੱਥੋਂ ਆਇਆ? ਉਹਨਾਂ ਜਿਵੇਂ ਪੈਸੇ ਤੁਹਾਡੇ ਕੋਲ ਰੱਖ ਗਿਆ, ਕਿਹੜੇ ਪੈਸਿਆਂ ਦੀ ਗੱਲ ਕਰਨੇ ਆ? ਉਹ ਜਨਾਬ ਮੈਂ ਤੁਹਾਡੇ ਕੋਲ ਰੱਖ ਕੇ ਗਿਆ, ਲੋਕ ਆਉਂਦੇ ਸਨ ਹਾਜੀ ਸਾਹਿਬ ਬੜੇ ਨੇਕ ਆਦਮੀ ਨੇ, ਅਤੇ ਮੈਂ ਤੁਹਾਡੇ ਕੋਲ ਇੰਨੇ ਪੈਸੇ ਰੱਖ ਕੇ ਗਿਆ, ਇਸ ਰੰਗ ਦੀ ਥੈਲੀ ਹੈ। ਉਹਨੇ ਇਹ ਜਾ ਕੇ ਕੰਮ ਕਰ, ਮੈਨੂੰ ਤਾਂ ਦੇ ਕੇ ਹੀ ਨਹੀਂ ਗਿਆ, ਧੱਕੇ ਮਾਰ ਕੇ ਦੁਕਾਨ ਨੂੰ ਕੱਢ ਛੱਡਿਆ। ਬੜਾ ਹੀ ਪਰੇਸ਼ਾਨ ਹੋਇਆ, ਚੰਗਾ ਨੇਕ ਆਦਮੀ ਪੂਰੇ ਸ਼ਹਿਰ 'ਚੋਂ ਖੈਰ ਨਾ ਲੱਭਿਆ, ਜੇ ਇੱਥੋਂ ਦਾ ਨੇਕ ਹੋਵੇ ਤਾਂ ਬੁਰੇ ਕਿਵੇਂ ਦੇ ਹੋਣਗੇ? ਉਹ ਜਿਸ ਸ਼ਹਿਰ ਦਾ ਨੇਕ ਹਾਜੀ ਸਾਹਿਬ ਏਡਾ ਵੱਡਾ ਫਰਾਡੀ ਹੈ,
ਉਹ ਸ਼ਹਿਰ ਦੇ ਫਰਾਡੀਏ ਕਿਵੇਂ ਦੇ ਹੋਣਗੇ। ਬੜਾ ਪਰੇਸ਼ਾਨ, ਕਿਸੇ ਨੇ ਮਸ਼ਵਰਾ ਦਿੱਤਾ ਇੱਜ਼ਤਦੌਲਾ ਨੂੰ ਜਾ ਕੇ ਮਿਲ, ਆਪਣੀ ਦਰਖਾਸਤ ਦੇ ਔਰ ਉਹਦੇ ਕੋਲੋਂ ਜਾ ਕੇ ਇਨਸਾਫ਼ ਦੀ ਭੀਕ ਮੰਗ, ਹੋ ਸਕਦਾ ਉਹ ਅੱਲਾ ਤੇਰਾ ਸਬੱਬ ਪੈਦਾ ਕਰ ਦੇ। ਚਲਾ ਗਿਆ, ਦਰਖਾਸਤ ਲਿਖੀ, ਚਲਾ ਗਿਆ, ਮੁਲਾਕਾਤਾਂ ਹੋਈਆਂ। ਹਾਂ ਬਈ ਕੀ ਮਸਲਾ? ਉਹਨੇ ਆਖਿਆ ਜੀ ਇਹ ਸੂਰਤ ਹਾਲ ਹੈ, ਫਲਾਂ ਦੁਕਾਨਦਾਰ ਹੈ ਅਤੇ ਮੈਂ ਉਹਦੇ ਕੋਲ ਇੰਨੇ ਪੈਸੇ ਰੱਖ ਕੇ ਗਿਆ, ਲੋਕਾਂ ਸਮਝਿਆ, ਲੋਕਾਂ ਮੈਨੂੰ ਦੱਸਿਆ ਨੇਕ ਬੜਾ ਮੁਤਕੀ ਬੜਾ, ਅਤੇ ਮੈਂ ਲੋਕਾਂ ਦੀਆਂ ਗੱਲਾਂ 'ਚ ਆ ਕੇ ਉਹਦੇ ਕੋਲ ਪੈਸੇ ਰੱਖ ਗਿਆ, ਅਤੇ ਮੈਂ ਜਦੋਂ ਆ ਕੇ ਮੰਗੇ ਨੇ ਨਾ, ਉਹਨੇ ਮੈਨੂੰ ਧੱਕੇ ਦੇ ਕੇ ਦੁਕਾਨੋਂ ਬਾਹਰ ਕੱਢ ਦਿੱਤਾ, ਅਤੇ ਸੱਜੇ ਖੱਬੇ ਦੇ ਲੋਕ ਦੁਕਾਨਾਂ ਵਾਲੇ ਇਕੱਠੇ ਹੋ ਗਏ। ਉਹਨਾਂ ਆਖਿਆ ਓਏ ਹਾਜੀ ਤੇਰਾ ਦਿਮਾਗ ਕੰਮ ਨਹੀਂ ਕਰਦਾ, ਐਡਾ ਅਮਾਨਤਦਾਰ ਬੰਦਾ, ਐਡਾ ਨੇਕ ਆਦਮੀ ਹੈ, ਐਡਾ ਮੁਤਕੀ ਹੈ, ਸਾਰਾ ਸ਼ਹਿਰ ਇਹਦੀ ਗਵਾਹੀ ਨੇਕੀ ਦੀ ਦਿੰਦਾ, ਤੂੰ ਉਹ ਵਿਚਾਰੇ 'ਤੇ ਇਲਜ਼ਾਮ ਲਾਣ ਡਿਆ, ਬੁਹਤਾਨ ਲਾਣ ਡਿਆ। ਕਹਿਣ ਲੱਗਾ ਜੀ ਮੈਂ ਤੇ ਮਾੜਾ ਬੰਦਾ ਵਾਂ ਤੇ ਅਮਾਨਤ ਦੇ ਤੌਰ ਤੇ ਉਹਦੇ ਕੋਲ ਰੱਖ ਕੇ ਗਿਆ ਵਾਂ, ਉਹਨੇ ਜ਼ੁਲਮ ਕੀਤਾ, ਮੇਰੇ ਪੈਸੇ ਵਾਪਸ ਨਹੀਂ ਕਰਦਾ, ਨਾ ਹੱਕ ਉਹਨੇ ਮੇਰੇ ਪੈਸਿਆਂ ਤੇ ਕਬਜ਼ਾ ਕਰ ਲਿਆ ਤੇ ਮੇਰੀ ਦਾਦ ਰਸੀ ਕੀਤੀ ਜਾ, ਮੇਰੇ ਹਾਲ ਤੇ ਰਹਿਮ ਕਰੋ। ਕਹਿਣ ਲੱਗਾ ਇੱਕ ਤਰੀਕਾ ਮੈਂ ਤੈਨੂੰ ਦੱਸਣਾ, ਉਂਝ ਹਰੇ ਮੰਨੇ ਕਿ ਨਾ ਮੰਨੇ, ਮੈਂ ਇੱਕ ਤਰੀਕਾ ਤੈਨੂੰ ਦੱਸਣਾ, ਉਸ ਤਰੀਕੇ 'ਤੇ ਅਮਲ ਤੂੰ ਕਰੀ, ਹੋ ਸਕਦਾ ਤੇਰੀ ਅਮਾਨਤ ਤੈਨੂੰ ਵਾਪਸ ਮਿਲ ਜਾ ਅਤੇ ਉਹ ਜਿਹੜਾ ਉਹਨੂੰ ਉਹਦੇ ਅੰਜਾਮ ਤੱਕ ਪਹੁੰਚਾ ਦਿੱਤਾ ਜਾਏ। ਕਹਿਣ ਲੱਗਾ ਤੂੰ ਇੰਜ ਕਰ, ਜਾ ਕੇ ਉਹਦੀ ਦੁਕਾਨ ਦੇ ਸਾਹਮਣੇ ਬਹਿ ਜਾ, ਜਿਹਨੂੰ ਆਉਂਦੇ ਨਾ ਧਰਨਾ ਦੇ ਕੇ ਬਹਿ ਜਾ। ਅੱਛਾ ਬਾਅਦ ਔਕਾਤ ਨਾ ਨਬੀ ਅਲੈਹਿ ਸਲਾਮ ਨੇ ਤੇ ਹਰ ਕਦਮ ਤੇ ਰਹਿਨੁਮਾਈ ਫਰਮਾਈ ਹੈ ਨਾ, ਕੋਈ ਮਾੜੇ ਤੇ ਜ਼ੁਲਮ ਕਰੇ, ਜ਼ਿਆਦਤੀ ਕਰੇ ਤੇ ਇਹਤਜਾਜ ਦਾ ਤਰੀਕਾ ਵੀ। ਸੁਭਾਨ ਅੱਲਾਹ, ਇੱਕ ਮੌਕੇ ਤੇ ਨਾ ਨਬੀ ਅਲੈਹਿ ਸਲਾਮ ਦੇ ਕੋਲ ਇੱਕ ਆਉਣ ਵਾਲਾ ਆਇਆ, ਆ ਕੇ ਕਹਿਣ ਲੱਗਾ ਹਜ਼ੂਰ ਮੇਰਾ ਗਵਾਂਢੀ ਹਮਸਾਇਆ ਮੈਨੂੰ ਬੜਾ ਹੀ ਤੰਗ ਕਰਦਾ, ਉਹਨੂੰ ਸਮਝਾਇਆ ਵੀ ਬੜਾ ਅਤੇ ਮਹਿਬੂਬ ਬੜਾ ਹੀ ਪਰੇਸ਼ਾਨ ਕਰਦਾ, ਬੜਾ ਹੀ ਤੰਗ ਕਰਦਾ। ਨਬੀ ਅਲੈਹਿ ਸਲਾਮ ਨੇ ਇੱਕ ਦਫ਼ਾ, ਦੋ ਦਫ਼ਾ, ਤਿੰਨ ਦਫ਼ਾ ਫਰਮਾਇਆ ਵੀ ਸਮਝਾਓ ਉਹਨੂੰ ਜਾ ਕੇ। ਜੀ ਹਜ਼ੂਰ ਨਹੀਂ ਸਮਝਦਾ ਪਿਆ। ਆਪ ਫਰਮਾਉਂਦੇ ਨੇ ਇੰਜ ਕਰ, ਘਰ ਦਾ ਸਮਾਨ, ਆਪਣੇ ਘਰ ਦਾ, ਆਪਣੇ ਘਰ ਦਾ ਸਮਾਨ ਚੁੱਕ ਕੇ ਅਤੇ ਬਾਹਰ ਆਪਣੇ ਬੂਹੇ ਅਤੇ ਗਲੀ 'ਚ ਰੱਖ ਦੇ। ਇਹ ਵੀ ਇੱਕ ਇਹਤਜਾਜ ਦਾ ਤਰੀਕਾ। ਇਹਤਜਾਜ ਸਿਰਫ ਇਹਦਾ ਨਾਂ ਨਹੀਂ ਵੀ ਲੰਘਦੀਆਂ ਬੱਸਾਂ ਵੈਗਨਾਂ ਨੂੰ ਅੱਗ ਲਾਓ, ਆਪਣੇ ਮੁਲਕ ਦੀ ਅਮਲਾਕ ਨੂੰ ਨੁਕਸਾਨ ਪਹੁੰਚਾਓ, ਆਪਣੇ ਹੀ ਮੁਲਕ ਦੇ ਦਫਾਤਰ ਨੂੰ ਅੱਗ ਲਾ ਕੇ ਸਾੜ ਦਿਓ, ਇਹਦਾ ਨਾਮ ਇਹਤਜਾਜ ਨਹੀਂ। ਇਹ ਇਹਤਜਾਜ ਦਾ ਸ਼ਰੀ ਤਰੀਕਾ ਕਿ ਪੁਰਅਮਨ ਇਹਤਜਾਜ ਜਿਹਨੂੰ ਕਿਹਾ ਜਾਂਦਾ। ਨਬੀ ਅਲੈਹਿ ਸਲਾਮ ਫਰਮਾਉਂਦੇ ਨੇ ਇੰਜ ਕਰ, ਆਪਣਾ ਸਮਾਨ ਚੁੱਕ ਕੇ ਆਪਣੇ ਬੂਹੇ 'ਚ ਗਲੀ 'ਚ ਰੱਖ ਦੇ। ਅਤੇ ਹਜ਼ੂਰ ਫਿਰ ਕੀ ਹੋਏਗਾ? ਆਪ ਫਰਮਾਉਂਦੇ ਨੇ ਜਿਹੜਾ ਲੰਘੇ, ਜੇ ਉਹ ਪੁੱਛੇ ਵੀ ਕਿਉਂ ਇੱਥੇ ਬਹਿ ਰਹੇ ਹੈ, ਤਾਂ ਉਹਨੂੰ ਦੱਸੀ ਵੀ ਮੈਨੂੰ ਗੁਆਂਢੀ ਬੜਾ ਤੰਗ ਕਰਦਾ, ਜਿਹੜਾ ਲੰਘੇ ਉਹਨੂੰ ਦੱਸੀ ਮੇਰਾ ਗੁਆਂਢੀ ਮੈਨੂੰ ਤੰਗ ਕਰਦਾ। ਹੁਣ ਨਬੀ ਪਾਕ ਅਲੈਹਿ ਸਲਾਮ ਨੇ ਦੱਸਿਆ ਤਰੀਕਾ, ਗਿਆ ਸਮਾਨ ਚੁੱਕਿਆ, ਕਿੰਨਾ ਕੁ ਸਮਾਨ ਸੀ ਸਾਡੇ ਵਾਲਾ ਹਾਲ ਤਾਂ ਹੈ ਨਹੀਂ ਕਿ ਜਨਾਬ ਕਮਰੇ ਭਰੇ ਨੇ, ਉਹ ਪੇਟੀ ਸੈੱਟ ਨਾ ਭਰਿਆ, ਉਹ ਸੋਫੇ ਸੈੱਟ ਨਾ ਭਰਿਆ, ਉਹ ਜਨਾਬ ਫਲਾਣਾ ਉੱਥੇ ਫਲਾਣਾ ਸੈੱਟ, ਦੋਵੇਂ ਜੀ ਭਾਵੇਂ ਨਾ ਹੀ ਸੈੱਟ ਹੋ,
ਹੈ ਕਮਰੇ ਸੈੱਟਾਂ ਨਾਲ ਭਰੇ ਨੇ, ਸੋਫਾ ਸੈੱਟ ਏ ਤੇ ਪੇਟੀ ਸੈੱਟ ਏ ਤੇ ਜਨਾਬ ਫਲਾਣਾ ਸੈੱਟ ਏ। ਸਾਡੇ ਵਾਲਾ ਦੌਰ ਨਹੀਂ ਸੀ, ਮਾੜੇ ਲੋਕ ਗਰੀਬ ਲੋਕ ਅਤੇ ਜਿੰਨਾ ਕੁ ਸਮਾਨ ਕੋ ਮਾੜਾ ਮੋਟਾ ਹੈ ਸੀ ਨਾ ਲਿਆ ਬੂਹੇ 'ਚ ਰੱਖੇ। ਹੁਣ ਜਿਹੜਾ ਲੰਘੇ, ਭਾਅ ਜੀ ਬਾਹਰ ਬਹਿ ਰਹੇ ਹੋ, ਉਹਨੇ ਹਾਂ ਨਾਲ ਦਾ ਗੁਆਂਢੀ ਮੈਨੂੰ ਬੜਾ ਤੰਗ ਕਰਦਾ। ਇੱਧਰੋਂ ਬੀਬੀ ਆਈ, ਵੇ ਪੋਤੇ ਇੱਥੇ ਬਹਿ ਰਿਹਾ। ਮਾਂ ਜੀ ਆ ਗੁਆਂਢੀ ਬੜਾ ਤੰਗ ਕਰਦਾ, ਹਾ ਹਾਏ ਉਤਰ ਜਾਣਾ, ਗਰੀਬ ਬੰਦੇ ਨੂੰ ਮਾੜੇ ਬੰਦੇ ਨੂੰ ਕਿਉਂ ਤੰਗ ਕਰਦਾ ਪਿਆ, ਵੇ ਇੱਧਰੋਂ ਆਇਆ ਪੁੱਤਰ ਇੱਥੇ ਬਹਿ ਰਿਹਾ ਸਮਾਨ ਲੈ। ਬਾਬਾ ਜੀ ਗੁਆਂਢੀ ਬੜਾ ਤੰਗ ਕਰਦਾ। ਗੁਆਂਢੀ ਆ ਕੇ ਆਉਂਦਾ, ਆ ਮੇਰੇ ਹੱਥਾਂ ਲਵੇ ਅਤੇ ਤੇਰੀ ਮਿਹਰਬਾਨੀ ਮੈਂ ਮਾਜ਼ਰਤ ਖਾਵਾਂ, ਅੱਜ ਤੋਂ ਬਾਅਦ ਮੈਂ ਤੈਨੂੰ ਤੰਗ ਨਹੀਂ ਕਰ। ਇਹ ਵੀ ਇਹਤਜਾਜ ਦਾ ਤਰੀਕ। ਗਿਆ, ਕਹਿਣ ਲੱਗਾ ਤੂੰ ਜਾ ਕੇ ਉਹਦੀ ਦੁਕਾਨ ਦੇ ਸਾਹਮਣੇ ਬਹਿ ਜਾ, ਅਗਰ ਉਹ ਨਾ ਬਹਿਣ ਦੇ ਤਾਂ ਸਾਹਮਣੇ ਕਿਤੇ ਲਾਗੇ 'ਚ ਆ ਕੇ ਉਹਦੀ ਦੁਕਾਨ ਦੇ ਬਹਿ ਜਾ, ਤਿੰਨ ਦਿਨ ਤੂੰ ਉੱਥੇ ਬਹਿਣਾ, ਚੌਥੇ ਦਿਨ ਮੈਂ ਆਵਾਂਗਾ ਅਤੇ ਮੈਂ ਤੇਰੇ ਕਰੀਬ ਆ ਕੇ ਤੈਨੂੰ ਬੁਲਾਵਾਂਗਾ, ਸਲਾਮ ਕਵਾਂਗਾ, ਤੂੰ ਉੱਠਣਾ ਨਹੀਂ, ਬਸ ਮੇਰੇ ਸਲਾਮ ਦਾ ਜਵਾਬ ਦੇਣਾ। ਮੈਂ ਜੋ ਵੀ ਪੁੱਛਾਂ ਤੂੰ ਜਵਾਬ ਨਹੀਂ ਦੇਣਾ, ਬਸ ਮੇਰੇ ਸਲਾਮ ਦਾ ਜਵਾਬ ਦੇਣਾ, ਆਪਣੀ ਜਗ੍ਹਾ 'ਤੇ ਬੈਠਿਆਂ ਰਹਿਣਾ। ਤੀਸਰਾ ਚੌਥਾ ਦਿਨ ਹੋਇਆ, ਇੱਜ਼ਤਦੌਲਾ ਉੱਠਿਆ ਆਪਣੇ ਦਰਬਾਰ 'ਚੋਂ, ਬਾਜ਼ਾਰ ਦੇ ਅੰਦਰ ਆਇਆ, ਲੋਕ ਤਾਂ ਲੰਘਦੇ ਆ ਬਾਦਸ਼ਾਹ ਨੂੰ ਵੇਖ ਕੇ ਕੰਬਣ ਡਿਆ ਨੇ, ਅਤੇ ਇਹ ਬਾਦਸ਼ਾਹ ਵਕਤ ਦਾ ਹੁਕਮਰਾਨ ਇਸ ਮੁਸਾਫਰ ਦੇ ਇਸ ਗਰੀਬ ਦੇ ਲਾਗੇ ਚਲਾ ਗਿਆ। ਇਹ ਬੈਠਾ ਮਸਤ ਹੋ ਕੇ ਆਰਾਮ ਨਾਲ, ਇਹ ਜਾ ਕੇ ਆਉਂਦਾ ਅਸਲਾਮ ਵਾਲੇਕੁਮ, ਜਵਾਬ ਦਿੱਤਾ ਜੀ ਵਾਲੇਕੁਮ ਅਸਲਾਮ, ਕਿੱਥੋਂ ਆਇਆ ਬਈ, ਚੁੱਪ, ਕੀ ਮਸਲਾ ਤੇਰਾ, ਚੁੱਪ, ਕੋਈ ਪਰੇਸ਼ਾਨੀ ਹੈ, ਚੁੱਪ। ਬਾਦਸ਼ਾਹ ਵੀ ਚਲਾ ਗਿਆ। ਉਹ ਜਿਹੜਾ ਸੁਨਿਆਰਾ ਸੀ ਨਾ ਉਹਦੇ 'ਤੇ ਖਾਨਿਓ ਗਈ, ਉਹਨੇ ਆਖਿਆ ਅਜੇ ਤਾਂ ਇਹ ਚੁੱਪੇ ਅਤੇ ਵਕਤ ਦਾ ਬਾਦਸ਼ਾਹ ਆਪ ਇਹਨੂੰ ਪੁੱਛਣ ਡਿਆ, ਅਤੇ ਜੇ ਇਹਨੇ ਜਾ ਕੇ ਗੱਲ ਖੋਲ੍ਹ ਦਿੱਤੀ ਤਾਂ ਮੇਰੀ ਤਾਂ ਕਮਬਖਤੀ ਆਈ ਆਈ। ਬਾਦਸ਼ਾਹ ਚਲਾ ਗਿਆ, ਇਹ ਜਲਦੀ ਨਾਲ ਇਹਦੇ ਕੋਲ ਆਇਆ, ਆ ਕੇ ਕਹਿਣ ਲੱਗਾ, ਓਏ ਇਹ ਦੱਸ ਤੇਰੀ ਥੈਲੀ ਦਾ ਰੰਗ ਕਿਵੇਂ ਦਾ ਸੀ ਜੀ, ਫਲਾਣੇ ਰੰਗ ਦਾ ਸੀ, ਉਹਦੀ ਨਿਸ਼ਾਨੀ ਜੀ ਫਲਾਣੀ ਨਿਸ਼ਾਨੀ। ਜਲਦੀ ਨਾਲ ਗਿਆ ਅਤੇ ਥੈਲੀ ਲਿਆ ਕੇ ਇਹਦੇ ਸਾਹਮਣੇ ਰੱਖੀ, ਉਹ ਸੋਰੀ ਜੀ ਮੈਨੂੰ ਅਸਲ 'ਚ ਯਾਦ ਨਹੀਂ ਸੀ ਰਿਹਾ, ਇਹਦਾ ਰੰਗ ਨਹੀਂ ਸੀ ਚੇਤਾ ਰਿਹਾ ਵੀ ਤੇਰੀ ਥੈਲੀ ਕਿਵੇਂ ਦੀ ਹੈ, ਤੁਹਾਡੀ ਮਿਹਰਬਾਨੀ ਜਨਾਬ ਤੁਸੀਂ ਮੈਨੂੰ ਯਾਦ ਕਰਾ ਦਿੱਤਾ। ਹੁਣ ਉਸ ਇੱਜ਼ਤਦੌਲਾ ਨੇ ਉਹਨੇ ਆਖਿਆ, ਜਦੋਂ ਅਗਰ ਤੇਰਾ ਮਸਲਾ ਹੱਲ ਹੋ ਜਾ, ਅਗਰ ਤੇਰੇ ਪੈਸੇ ਮਿਲ ਜਾਣ ਤਾਂ ਵਾਪਸ ਦਰਬਾਰ ਵਿੱਚ ਮੈਨੂੰ ਜ਼ਰੂਰ ਮਿਲ ਕੇ ਜਾਏ। ਹੁਣ ਉਹਨੇ ਸੋਚਿਆ ਵੀ ਪੈਸੇ ਲੱਭ ਗਏ ਨੇ, ਕੰਮ ਪੂਰਾ ਹੋ ਗਿਆ, ਹੁਣ ਮੈਂ ਕੀ ਲੈਣ ਜਾਣਾ। ਫਿਰ ਸੋਚਿਆ ਵੀ ਹੋ ਸਕਦਾ ਉਹ ਹਾਰ ਮੇਰੇ ਕੋਲੋਂ ਖਰੀਦ ਲੈ, ਮੈਨੂੰ ਜ਼ਿਆਦਾ ਕੀਮਤ ਮਿਲ ਜਾਏ, ਪੈਸੇ ਮਿਲ ਜਾਣ, ਔਰ ਉਹਨਾਂ ਪੈਸਿਆਂ ਦੇ ਬਦਲੇ ਕੋਈ ਹੋਰ ਚੀਜ਼ ਮਿਲ ਜਾ। ਇਹ ਗਿਆ ਦਰਬਾਰ ਦੇ ਅੰਦਰ, ਦਰਬਾਰ ਦੇ ਅੰਦਰ ਜਾ ਕੇ ਸਾਰੀ ਸੂਰਤ ਹਾਲ ਤੋਂ ਆਗਾਹ ਕੀਤਾ ਵਕਤ ਦੇ ਹਾਕਮ, ਦੁਆ ਕਰੋ ਅੱਲਾ ਸਾਨੂੰ ਵੀ ਕੋਈ ਚੰਗੇ ਹੁਕਮਰਾਨ ਨਸੀਬ ਫਰਮਾ, ਅੱਲਾ ਇਸ ਮੁਲਕ ਦੇ ਹਾਲ 'ਤੇ ਰਹਿਮ ਫਰਮਾ ਦੇ, ਅੱਲਾ ਸਾਨੂੰ ਕੋਈ ਐਸੇ ਹਾਕਿਮ ਅਤਾ ਫਰਮਾ ਜੋ ਕਿਤਾਬ ਉਹ ਸੁਨਤ ਨੂੰ ਤੇਰੇ ਮੁਲਕ ਦਾ ਨਿਜ਼ਾਮ ਬਣਾ ਦੇ। ਉਹਨੇ ਇਹਨੂੰ ਫਾਹੇ ਲਾ ਦਿਓ,
ਲੋਕਾਂ ਵਾਸਤੇ ਇਬਰਤ ਦਾ ਨਿਸ਼ਾਨ ਬਣਾ ਦਿਓ। ਜਿਹੜਾ ਕਿਸੇ ਮਾੜੇ ਦਾ ਹੱਕ ਗਸਬ ਕਰਨ ਦੀ ਕੋਸ਼ਿਸ਼ ਕਰਦਾ ਆਖਰਤ ਨੂੰ ਤੇ ਉਹਨੇ ਜ਼ਲੀਲ ਹੋਣਾ ਹੀ ਹੋਣਾ। ਅੱਲਾ ਦੁਨੀਆ ਦੇ ਅੰਦਰ ਵੀ ਉਹਨੂੰ ਜ਼ਲੀਲ ਔਰ ਰੁਸਵਾ ਕਰਕੇ ਰੱਖ ਦਿੰਦੇ ਨੇ। ਮੇਰੇ ਭਾਈ ਮੇਰੇ ਬਰਾਦਰ, ਰੱਬੁਲ ਆਲਮੀਨ ਨੇ ਆਪਣੇ ਮਹਿਬੂਬ ਦੇ ਜ਼ਰੀਏ ਸਾਨੂੰ ਪੈਗਾਮ ਸੁਣਾਇਆ, ਫਰਮਾਇਆ ਯਾ ਅਯੂਹਲ ਲਜ਼ੀਨਾ ਆਮਨੂ ਲਾ ਤਅਕੁਲੂ ਅਮਵਾਲਕੁਮ ਬੈਨਕੁਮ ਬਿਲ ਬਾਤਿਲ ਇਲਾ ਅਨ ਤਕੂਨ ਤਜਾਰਤਨ ਅਨ ਤਰਾਜ਼ਿਮ ਮਿਨਕੁਮ ਵਲਾ ਤਕਤਲੂ ਅਨਫੁਸਕੁਮ ਇਨ ਅੱਲਾਹ ਕਾਨ ਬਿਕੁਮ ਰਹੀਮਾ। ਆਪਸ ਦੇ ਅੰਦਰ ਆਪਣਾ ਮਾਲ ਨਜਾਇਜ਼ ਬੁਰੇ ਨਾ ਹੱਕ ਔਰ ਬਾਤਲ ਤਰੀਕੇ ਨਾਲ ਖਾਣ ਦੀ ਕੋਸ਼ਿਸ਼ ਨਾ ਕਰੋ। ਅੱਲਾਹ ਜ਼ੁਲ ਜਲਾਲ ਨੇ ਜੋ ਤੁਹਾਡਾ ਮੁਕੱਦਰ ਬਣਾਇਆ, ਜੋ ਤੁਹਾਡੀ ਕਿਸਮਤ ਦੇ ਅੰਦਰ ਲਿਖਿਆ, ਅੱਲਾਹ ਜ਼ੁਲ ਜਲਾਲ ਜ਼ਰੂਰ ਪਰ ਜ਼ਰੂਰ ਤੁਹਾਨੂੰ ਅਤਾ ਫਰਮਾ ਦੇਣਗੇ। ਇਸ ਵਾਸਤੇ ਸਾਨੂੰ ਚਾਹੀਦਾ ਕਿ ਆਪਣੀ ਜ਼ਿੰਦਗੀ ਦੇ ਅੰਦਰ ਮਾੜ ਤਾੜ ਮਾੜਿਆਂ ਦਾ, ਗਰੀਬਾਂ ਦਾ, ਯਤੀਮਾਂ ਦਾ, ਮਿਸਕੀਨਾਂ ਦਾ ਹੱਕ ਗਸਬ ਕਰਨ ਦੀ ਬਜਾਏ ਜੋ ਅੱਲਾਹ ਨੇ ਮੁਕੱਦਰ 'ਚ ਲਿਖਿਆ ਉਹਨੂੰ ਹਲਾਲ ਅਤੇ ਜਾਇਜ਼ ਤਰੀਕੇ ਨਾਲ ਹਾਸਲ ਕਰਨ ਦੀ ਕੋਸ਼ਿਸ਼ ਕਰੀਏ। ਅੱਲਾਹ ਮੈਨੂੰ ਅਤੇ ਤੁਹਾਨੂੰ ਕਿਤਾਬ ਓ ਸੁਨਤ ਨੂੰ ਸਮਝ ਕੇ ਅਮਲ ਦੀ ਤੌਫੀਕ ਅਤਾ ਫਰਮਾਏ। صدق الله العلي العظيم وصدق رسوله النبي الكريم ونحن على ذلك من الشاهدين والشاكرين والحمد لله رب العالمين।